ਨਾਕ ਡਾਟ ਮਸਲੇ ਗੰਭੀਰ ਚੱਲ ਪਿਆ ਫਾਈਟਰ ਕਲੋਜ ਫਾਈਟਰ ਨਾਪੀ ਉਧਰ ਭਨੇਰੀ ਵਾਲੇ ਫਿੱਟ ਚੋਟੀ ਦਾ ਖੇਡ ਗਰਾਊਂਡ ਦੇ ਵਿੱਚ ਸ਼ੁਰੂ ਹੋ ਚੁੱਕਿਆ ਵੀ ਚੋਰੀਆਂ ਹੁਣ ਬਣੀਆਂ ਹੁਣ ਬਣੀਆਂ ਮੇਰੇ ਯਾਰ ਔਰ ਚੋੜੀਆਂ ਹੁਣ ਬਣੀਆਂ ਹੁਣ ਬਣੀਆਂ ਇੱਕ ਸਾਲ ਲਓ ਮੇਰੇ ਮਿੱਤਰੋ ਚੋਟੀ ਦੀ ਖੇਡ ਜਿਹੜੀ ਗਰਾਊਂਡ ਦੇ ਵਿੱਚ ਖੇਡੀ ਜਾ ਰਹੀ ਹੈ ਟੀਮਾਂ ਵੱਡੀਆਂ ਨੇ ਔਰ ਵੱਡੇ ਵੱਡੇ ਖਿਡਾਰੀ ਜਿਹੜੇ ਔਰ ਧੰਨ ਧੰਨ ਕਰਵਾ ਰਹੇ ਹੈ ਔਰ ਮੁੰਡੇ ਇੱਕ ਦੂਜੇ ਦੇ ਰੱਜ ਕੇ ਭੇਤੀ ਹੈ ਆਪਣੀ ਟੀਮ ਦੁਨੀਆਂ ਦੇ ਛਾ ਗਿਆ ਤੇ ਮੁੰਡਾ ਉੱਠਿਆ ਕਰਮ ਪਰਿਵਾਰ ਚੋਂ ਅੱਜ ਦੁਨੀਆਂ ਤੇ ਬਣ ਗਿਆ ਨਿਸ਼ਾਨ ਦੀ ਤੇ ਜੰਪ ਮਾਰਿਆ ਰਾਜਪਾਲ ਕਹਿੰਦੇ ਆ ਪਹਿਲਾ ਨੰਬਰ ਉਧਰਲੇ ਪਾਸੇ ਜੁੜ ਗਿਆ ਦੂਜਾ ਕੌਣ ਜੋੜੂਗਾ ਸੈਂਟਰ ਚ ਭਣਿਆਰੀ ਵਾਲਾ ਕਹਿੰਦੇ ਕੰਪਿਊਟਰ ਪਿਤਾ ਰਾਮ ਚੰਦਰ ਆਪਣੇ ਸਰਪੰਚ ਨੂੰ ਬਾਹਰ ਆਪਣੇ ਬੇਟੇ ਦੀ ਖੇਡ ਦੇ ਉੱਪਰ ਬੰਦੀ ਕਨੇਡਾ ਤੋਂ ਸਾਡਾ ਵੀਰ ਪੌੜੀਆਂ ਵਾਲਾ ਉਹ ਵੀ ਆ ਜਿਹੜੇ ਵੱਡੇ ਕੱਪ ਦੇ ਨਾਲ ਜੁੜਿਆ ਬੈਠਾ ਹੈ ਬਹੁਤ ਵੱਡਾ ਮੈਂ ਧੰਨਵਾਦ ਕਰਾਂਗਾ ਬਲਰਾਜੀ ਕਨੇਡਾ ਪੌੜੀਆਂ ਵਾਲਾ ਸਾਡੀ ਜ਼ਿੰਦਗੀ ਦਾ ਮਾਣ ਆ ਵੀਰ ਔਰ ਉਹ ਵੀ ਭਰਾ ਸਾਡਾ ਅੱਜ ਦੇ ਸਖੇ ਟੂਰਨਾਮੈਂਟ ਦੇ ਨਾਲ ਜੁੜਿਆ ਹੋਇਆ ਬੜਾ ਪਿਆਰਾ ਭਰਾ ਸਾਡੀ ਜ਼ਿੰਦਗੀ ਦਾ ਉਧਰ ਇੱਕ ਦੇ ਜ਼ੀਰੋ ਵੀ ਟੱਕਰਦਾ ਹੈ ਪਰ ਦੂਜੇ ਤੇ ਆਖਾਂ ਭਣਿਆਰੀ ਵਾਲੇ ਦੀ ਹੈ ਵੀ ਬਾਪੂ ਕਹਿੰਦਾ ਖੇਡ ਪੁੱਤ ਸ਼ੇਰ ਬਣ ਕੇ ਪਰ ਫਾਊਲ ਹੈ ਔਰ ਕਹਿੰਦੇ ਸ਼ੁਰੂਆਤ ਬੜੀ ਤਕੜੀ ਹੋਈ ਆ ਖੇ ਟੂਰਨਾਮੈਂਟ ਦੀ ਹੈ ਲਾਲਾ ਲਾਲਾ ਹੋ ਗਈ ਹੈ ਪਰ ਸਾਹਮਣੇ ਸਿਧੀਆਂ ਵਾਲੇ ਸੁਰਜੀਤ ਨੇ ਫੈਸਲੇ ਕਰਤੇ ਹੈ ਵੀ ਆਹ ਬਾਹਰ ਜਿਹੜੀ ਫਾਊਲ ਹੈ ਖੱਬੇ ਪਾਸੇ ਵਧਾਈਆਂ ਵਾਲਾ ਰਿੰਕੂ ਹੈ ਨਾਲ ਰਾਜਦੀਪ ਔਰ ਕਦੇ ਪੱਪੂ ਦੇ ਜੈਲਦਾਰ ਦੀ ਗੱਲ ਵੱਖਰੀ ਹੈ ਆਪਣੀ ਟੀਮ ਦੇ ਲਈ ਇੱਕ ਤੇ ਜੀਰੋ ਦੀ ਟੱਕਰ ਪਰ ਦੂਜੇ ਵੀ ਭਾਲ ਦੇ ਵਿੱਚ ਆ ਮੁੰਡੇ ਉਧਰ ਕਹਿੰਦੇ ਵੱਡੇ ਵੱਡੇ ਪ੍ਰਮੋਟਰ ਲਾਈ ਪਏ ਆ ਪ੍ਰਮੋਟਰ ਕਹਿੰਦੇ ਲਾਈ ਪਏ ਨੇ ਚੌਂਕ ਤੇ ਕਦੀ ਤੇ ਉਹਨਾਂ ਕੀ ਆਜ਼ਾਦੀਆਂ ਦਾ ਰੇਟ ਪੁੱਛਣਾ ਔਰ ਜਿੰਨੇ
ਕਿਤੇ ਕੋਈ ਸਰਾਬੇ ਦੀ ਕਿਤਾਬ ਨਹੀਂ ਪੜ੍ਹੀ ਤੇ ਢੋਟਾਂ ਦੇ ਪੈਰ ਛੱਡਦੇ ਨਿਸ਼ਾਨ ਜਿੱਤਦੇ ਧਰਮਾਂ ਦੇ ਨਾਨਕੇ ਲਾਹੌਰ ਨਹੀਂ ਹੁੰਦੇ ਤੇ ਲਿਮਟਾਂ ਦੇ ਪੈਂਦੇ ਕਦੇ ਚੋਰ ਨਹੀਂ ਹੁੰਦੇ ਸਵਾਲ ਵੱਖਰਾ ਆਪਾਂ ਪਹਿਲਾਂ ਵੇਖਾਂਗੇ ਹੁਣ ਕੌਣ ਜੋੜੂਗਾ ਪਹਿਲਾਂ ਆਪਣੀ ਟੀਮ ਦੇ ਲਈ ਇਹਦੀ ਕਹਿੰਦੇ ਸਮੇਂ ਦੇ ਫੈਸਲੇ ਕਰਦੇ ਸ਼ੇਅਰ ਕਰ ਦੋ ਆਪਣੇ ਕੀ ਦੇਣਾ ਕਿੱਤਾ ਫੇਰ ਗੱਲ ਬਣਦੀ ਹੈ ਇਹ ਕਹਿੰਦੇ ਰੱਬ ਨੇ ਫੈਸਲੇ ਆਪਣੇ ਕੋਲ ਰੱਖੇ ਹੁੰਦੇ ਆ ਪਹਿਲਾ ਨੰਬਰ ਲਓ ਸਾਹਮਣੇ ਜੀਰੋ ਤੇ ਇੱਕ ਦੀ ਟੱਕਰ ਹੈ ਕਰਵਾਲ ਗੱਲ ਕਰੂਗਾ ਲਓ ਸਾਹਮਣੇ ਇੱਧਰ ਮੇਰੇ ਮਿੱਤਰੋ ਹਾਲੇ ਮੇਲੇ ਦੀ ਸ਼ੁਰੂਆਤ ਹੋਈ ਹੈ ਹਰਜੀਤ ਚਹਿਲ ਸਮੁੰਦਰ ਦੀਆਂ ਲਹਿਰਾਂ ਤੇ ਬਹੁਤ ਇਤਿਹਾਸੀ ਕਰਦੇ ਇਹ ਕਹਿੰਦੇ ਸਿਆਣੇ ਕਹਿੰਦੇ ਮੇਰੇ ਮਿੱਤਰ ਕੰਪਿਊਟਰ ਬਿਲਕੁਲ ਤਿਆਰ ਬਾਰ ਤਿਆਰ ਹੈ ਖੇਡ ਗਰਾਊਂਡ ਦੇ ਅੰਦਰ ਵੀ ਕੋਸ਼ਿਸ਼ ਤੇ ਕੀਤੀ ਹੈ ਲੱਭਣ ਲਈ ਲੱਖਾਂ ਨੇ ਜਿੰਨਾ ਚਿਰ ਤੂੰ ਦਿਸਦਾ ਉਹ ਕੋਈ ਹੋਰ ਹੀ ਅੱਖਾਂ ਨੇ ਇਸ ਬਾਬੇ ਬੇਲੀ ਨੂੰ ਹੰਕਾਰ ਨੇ ਮਾਰ ਲਿਆ ਉਹ ਕਰਕੇ ਪਾਰ ਸਮੁੰਦਰਾਂ ਤੋਂ ਜਿੰਨਾ ਗੁਰੂ ਨੂੰ ਧਾਰ ਲਿਆ ਇਸ ਡੁੱਬਦੀ ਬੇੜੀ ਨੂੰ ਹੁਣ ਤੇਰੀਆਂ ਅੱਖਾਂ ਨੇ ਜਿਨ੍ਹਾਂ ਨੂੰ ਤੂੰ ਦਿਸਦਾ ਉਹ ਕੋਈ ਹੋਰ ਹੀ ਅੱਖਾਂ ਨੇ ਇਹ ਗੱਲਾਂ ਚੱਲੀਆਂ ਨੇ ਨਵੀਆਂ ਔਰ ਸਿਰੇ ਦਾ ਮੈਚ ਹੈ ਜਿਹੜਾ ਗਰਾਊਂਡ ਦੇ ਵਿੱਚ ਖੇਡਿਆ ਜਾ ਰਿਹਾ ਇਹ ਤੇ ਕਹਿੰਦੇ ਜੈਲਦਾਰ ਹੋਊਗੀ ਪੂਰੇ ਫੇਟਾ ਮੇਰੇ ਮਿੱਤਰ ਵੀ ਜਿਹੜਾ ਮਾਰ ਕੇ ਖੰਘੂੜਾ ਸੁੱਕਾ ਲੰਘ ਜੂ ਉਹ ਪਹਿਲੀਆਂ ਦੇ ਪਿੰਡ ਵਿੱਚ ਦੀ ਜਿਹੜਾ ਮਾਰ ਕੇ ਖੰਘੂੜਾ ਸੁੱਕਾ ਲੰਘ ਜੂ ਭਾਈ ਪਹਿਲੀਆਂ ਦੇ ਪਿੰਡ ਵਿੱਚ ਦੀ ਅੱਜ ਕੱਪਰ ਵਛਾ ਫੇਟਾ ਮੇਰੇ ਮਿੱਤਰ ਰੌਣਕਾਂ ਫੱਟੀਆਂ ਨੇ ਉਹ ਵੱਡੇ ਵੱਡੇ ਕੱਪਾਂ ਦੇ ਜੇਤੂ ਖਿਡਾਰੀ ਖੇਡ ਰਹੇ ਆ ਤੇ ਵੱਡੀਆਂ ਟੀਮਾਂ ਦਾ ਵੱਡਾ ਮੈਚ ਖੇਡ ਮੈਦਾਨ ਦੇ ਅੰਦਰ ਮੇਰੇ ਮਿੱਤਰ ਜਿਹੜਾ ਗਰਾਊਂਡ ਦੇ ਵਿੱਚ ਖੇਡਿਆ ਜਾ ਰਿਹਾ ਹੈ ਇਹ ਸਿਰੇ ਦੀ ਖੇਡ ਖੇਡੀ ਜਾ ਰਹੀ ਹੈ ਔਰ ਕਿੰਨੇ ਭਾਗਾਂ ਵਾਲੇ ਆ ਨਗਰ ਦੇ ਲੋਕ ਨੇ ਮੇਰੇ ਮਿੱਤਰ ਜਿਨ੍ਹਾਂ ਨੇ ਇੰਨਾ ਵੱਡਾ ਮੇਲਾ ਕਰਵਾਇਆ ਤੇ ਬਾਬਾ ਨਾਨਕ ਸਾਰੇ ਖਜ਼ਾਨਿਆਂ ਨੂੰ ਭਰਪੂਰ ਰੱਖੇ ਜਿਹੜੇ ਖਜ਼ਾਨਿਆਂ ਦੇ ਵਿੱਚ ਮਾਇਆ ਆਈ ਹੈ ਵੀ ਗੱਲ ਸੱਚੀ ਸੱਚਿਆਂ ਦੀ ਖਾਈਏ ਥੋੜਾ ਖਾ ਪੀ ਖਰਚ ਲਈਏ ਥੋੜਾ ਦਾਲ ਕੁੱਟ ਤੇ ਲਾਈਏ ਬੜੀਆਂ ਬਾਲਾਂ ਪੱਟਦੀਆਂ ਨੇ ਕਹਿੰਦੀ ਸੁਰਜੀਤ ਦੋ ਗੁਪਟ ਇੱਕ ਹੀ ਆ ਇੱਕ ਤੇ ਜੀਰੋ ਆ ਇੱਕ ਤੇ ਜੀਰੋ ਆ ਜੀਰੋ ਦੀ ਟੱਕਰ ਨੰਬਰ ਦੂਜਾ ਜੋੜਨ ਦੇ ਲਈ ਮੁੰਡੇ ਤਿਆਰ ਇੱਕ ਤੇ ਜੀਰੋ ਆ ਵੀ ਉਧਰ ਇੱਕ ਤੇ ਜੀਰੋ ਵਨ ਲਵ ਇਹ ਸਾਨੂੰ ਆਪਣੇ 10ਾਂ ਦਾ ਵਨ ਲਵ ਉਧਰ ਵਨ ਇੱਧਰ ਜੀਰੋ ਬਹੁਤ ਵੱਡੇ ਜੋੜਨ ਦੇ ਨੇ ਦਿੱਤੇ ਆ ਵਨ ਲਵ ਸਾਰੇ ਭਰਾਵਾਂ ਦਾ ਮੈਂ ਵਿਸ਼ੇਸ਼ ਤੌਰ ਤੇ ਧੰਨਵਾਦ ਕਰਾਂਗਾ ਲਵ ਕਹਿੰਦੇ ਇੱਕ ਤੇ ਜੀਰੋ ਦੀ ਟੱਕਰ ਆ ਨੰਬਰ ਕਹਿੰਦੇ ਦੂਜਾ ਜੋੜਨ ਦੇ ਲਈ ਆਓ ਮੁੰਡੇ ਕਹਿੰਦੇ ਖੇਡ ਦੇ ਮੈਦਾਨ ਦੇ ਵਿੱਚ ਤਿਆਰ ਹੋ ਤਿਆਰ ਨਹੀਂ ਪ੍ਰਦੀਪ ਸਿੱਧੂ ਮਾਖੇ ਵਾਲਾ ਲਾਈਵ ਆਪਣਾ ਬਹੁਤ ਬੜਾ ਧੰਨਵਾਦ ਉਧਰ ਮਾਖਾ ਪਿੰਡ ਦਾ ਭਰਾ ਸਾਡੇ ਦਾ ਤੇ ਪ੍ਰਦੀਪ ਸਿੱਧੂ ਵੀ ਲਾਈਵ ਜੁੜਿਆ ਹੋਇਆ ਬਹੁਤ ਵੱਡਾ ਧੰਨਵਾਦ ਮੈਂ ਤੇ ਸਾਡੇ ਸਤਿਕਾਰਯੋਗ ਭਰਾ ਦਾ ਕਰਦਾ ਨਜ਼ਰ ਆਉਂਦਾ ਦੀਪਕ ਕਿਵੇਂ ਵੀਰੇ ਟੀਮਾਂ ਨੇ ਫੱਟੇ ਪ੍ਰਦੀਪ
ਧੰਨ ਧਰ ਕਹਿੰਦੇ ਹੋਈ ਪਈ ਹੈ ਕੰਬਰ ਵਛੇ ਦੀ ਧਰਤੀ ਹੈ ਵੀ ਸਾਡੇ ਪਿੰਡ ਦੇ ਰੱਬ ਦੀਆਂ ਮਿਹਰਾਂ ਨੇ ਹਰ ਇੱਕ ਮਾਂ ਦਾ ਪੁੱਤ ਕਮਾਊਗਾ ਇਹ ਗੱਲ ਜਿਹੜੀ ਸੱਚਾ ਹੋ ਜਾਣਾ ਔਰ ਗੁਰੂ ਦੀਆਂ ਲਾਡਲੀਆਂ ਫੌਜਾਂ ਉਹ ਵੀ ਕਹਿੰਦੇ ਸਾਰੇ ਵੀਰਾਂ ਦਾ ਪੰਦੇ ਬਿਲਕੁਲ ਧੰਨਵਾਦ ਕਰਦੇ ਫੜਦਾ ਨਾ ਪੀਸੀ ਨੂੰ ਤੇ ਇੱਕ ਸੌ ਦੇ ਵੱਡੇ ਮਾਣ ਹੋਣਗੇ ਇਹ ਜਿੰਨੀ ਫੜ ਲੈਂਦਾ ਪੀਸੀ ਨੂੰ ਤੇ ਮਾਨ ਸਨਮਾਨ ਵੱਡੇ ਹੋਣਗੇ ਜਦੋਂ ਦਾ ਕਿੰਗਰਾਂ ਦਾ ਮੈਚ ਲੱਗਿਆ ਮੈਚ ਹੋਣ ਨੀ ਬੜਿਆ ਤੇ ਉਦੋਂ ਦੇ ਭੱਜੇ ਫਿਰਦੇ ਮੁੰਡੇ ਇਧਰਲੇ ਪਾਸੇ ਵਾਹ ਬਈ ਵਾਹ ਵਿੱਚੀ ਯੁਵਰਾਜ ਹੈ ਬੈਠਾ ਰਹਿ ਹੁਣ ਤੇ ਕਿੱਥੇ ਬੈਠਾ ਮੇਰਾ ਵੀਰ ਬਣ ਕੇ ਆਓ ਬੈਠਾ ਪਰਲੇ ਪਾਸੇ ਸਰਪੰਚ ਗੁੱਡਿਆ ਦੇ ਕੋਲ ਜਾ ਜਾਵਦਾ ਬਹੁਤ ਬਹੁਤ ਧੰਨਵਾਦ ਜੀ ਕਰਿਓ ਕਰਿਓ ਖਿੱਚ ਕੇ ਸ਼ੇਰ ਨੱਪਿਓ ਗਿੱਲੀ ਭਾਈ ਯਾਰ ਚਾਹ ਤਾਂ ਕਰ ਦਿਓ ਹੱਲ ਭਰਾ ਫੜ ਕੇ ਸਾਨੂੰ ਵੀ ਪਿਆ ਦਿਓ ਪ੍ਰੀਤ ਪਜੇਟਾ ਬਾਬਾ ਧੰਨਵਾਦ ਪ੍ਰੀਤ ਪਜੇਟੇ ਵਾਲਾ ਪ੍ਰੀਤ ਲਾਈਵ ਉਧਰ ਬਾਬਾ ਧੰਨਵਾਦ ਨਹੀਂ ਮੇਰੇ ਕੋਲ ਤੇ ਹੈਗੀ ਜਿਹੜਾ ਅੰਦਰ ਬੈਠਾ ਹੁੰਦੇ ਓਏ ਕੋਈ ਨੀ ਬਹੁਤ ਬਹੁਤ ਧੰਨਵਾਦ ਹੈ ਬਹੁਤ ਵਧੀਆ ਪ੍ਰਬੰਧ ਕੀਤੇ ਭਰਾਵਾਂ ਨੇ ਲੰਗਰ ਪ੍ਰਸ਼ਾਦੇ ਪਾਣੀ ਦੇ ਵੀ ਔਰ ਚਾਹ ਵੀ ਭਰਾ ਸਾਡੇ ਲੱਡੂਆਂ ਦਾ ਲੰਗਰ ਵੀ ਚੱਲਿਆ ਜੂਸ ਚਲਾਇਆ ਸਾਡੇ ਭਰਾ ਲਵਪ੍ਰੀਤ ਕੈਨੇਡਾ ਉਹਨਾਂ ਨੇ ਬਹੁਤ ਵਧੀਆ ਭਰਾਵਾਂ ਨੇ ਪ੍ਰਬੰਧ ਕੀਤੇ ਅੱਜ ਦੇ ਸਿੱਖੇ ਟੂਰਨਾਮੈਂਟ ਦੇ ਵਿੱਚ ਸਿਰਾ ਪ੍ਰਬੰਧ ਕੀਤੇ ਵੀ ਬੜੇ ਚੋਟੀ ਦੇ ਖੇਡੇ ਜਾ ਰਹੇ ਹੈ ਸਿਰਾ ਪ੍ਰਬੰਧ ਮੈਚ ਹੈ ਆਹ ਮੈਚ ਨੇ ਵੀ ਕਹਿੰਦੇ ਰਿਕਾਰਡ ਕਈ ਬਣਾ ਜਾਣੇ ਕਈ ਰਿਕਾਰਡ ਸਾਹਮਣੇ ਖੇਡਾ ਜਾ ਰਿਹਾ ਹੈ ਇੱਕ ਪਾਸੇ ਕੰਪਿਊਟਰ ਇੱਕ ਪਾਸੇ ਕਲੋਜ ਫਾਈਟਰਾਂ ਟੱਕਰ ਵੱਡੀ ਹੈ ਆਹ ਵਿੱਚ ਗਹਿਰੇ ਝੱਲਾਂ ਦੇ ਪੱਪਰ ਦੇ ਦੂਜੇ ਤੇ ਕੌਣ ਤੂਫਾਨਾਂ ਨੂੰ ਸਾਗਰ ਵਿੱਚ ਨਹੀਂ ਪੈਂਦੇ ਦੂਜੇ ਕੌਣ ਠੰਡੇ ਤੂਫਾਨਾਂ ਨੂੰ ਮੁਕਾਬਲਾ ਤਗੜਾ ਡਿਫੈਂਸਰ ਵੀ ਦੋਨੋਂ ਟੀਮਾਂ ਦੇ ਪੂਰੇ ਕੋਟੀ ਦੇ ਆ ਤੇ ਅਟੈਕਰ ਵੀ ਮੰਨੇ ਪਰਮੰਨੇ ਆ ਤੇ ਨੈਟਵਰਕ ਵੀ ਕਹਿੰਦੇ ਕਮਾਲ ਹੋਈ ਹੈ ਇੱਕ ਪਾਸੇ ਕਹਿੰਦੇ ਪੰਜਾਬ ਦੀ ਟੀਮ ਇੱਧਰ ਕਹਿੰਦੇ ਮੁੰਡੇ ਹਰਿਆਣੇ ਵਾਲੇ ਆਏ ਹੋਏ ਆ ਜਿਹੜੇ ਸਰਸੇ ਦਾ ਕਹਿੰਦੇ ਪਿੰਡ ਬੜਾ ਪ੍ਰਸਿੱਧ ਹੈ ਉਹ ਗੱਲ ਕਰੇ ਟਿਕਾਣੇ ਲੱਗੇ ਪਏ ਸਾਡੀ ਸੰਗਤ ਦਾ ਬਹੁਤ ਵਧੀਆ ਧੰਨਵਾਦ ਕਰਾਂਗਾ ਵੀ ਛੱਡ ਕੰਮ ਕਾਰ ਖੇਡਾਂ ਦੇਖਣ ਲਈ ਆਉਂਦੇ ਆ ਖਿਡਾਰੀਆਂ ਦੇ ਹੌਸਲੇ ਲਈ ਤਾੜੀਆਂ ਵਜਾਉਂਦੇ ਆ ਲੈਣ ਮੈਚਾਂ ਦੇ ਨਜ਼ਾਰੇ ਬਈ ਕੋਈ ਬੈਟ ਫੜ ਕੇ ਤੇ ਬੋਲੇ ਵਾਲੀਬਾਲ ਦਾ ਜ਼ਰੂਰ ਵੀ ਹੁਣ ਲੋਕਾਂ ਦੇ ਸਿਰ ਚੜ ਕੇ ਬੋਲੇ ਵਾਲੀਬਾਲ ਦਾ ਜ਼ਰੂਰ ਵੀ ਹੁਣ ਹਰ ਲੋਕਾਂ ਦੇ ਸਿਰ ਚੜ ਕੇ ਦੋ ਹੋ ਗਏ ਵੀਰੇ ਸਰਜੀਤੇ ਦੋ ਦੋ ਜੀਰੋ ਲੈ ਜੀ ਦੋ ਜੀਰੋ ਹੋ ਗਿਆ ਦੋ ਜੀਰੋ ਸਰਜੀਤ ਓਕੇ ਜੀ ਦੋ ਹੋ ਗਏ ਭਨਿਆਰੀ ਦੇ ਦਮਨ ਇੱਧਰ ਸਤਾਰਾਂ ਦੀ ਗੇਮਾਂ ਸਰਜੀਤ ਸਤਾਰਾਂ ਦਾ ਸਤਾਰਾਂ ਪੁਆਇੰਟਾਂ ਦੀ ਖੇਡ ਆ ਸਾਰੇ ਜਿਹੜੇ ਜੋੜ ਦਿੱਤੇ ਮੁੰਡਿਆਂ ਨੇ ਵੀਰਾਂ ਜਿੱਤਣ ਨੂੰ ਸੂਰਮਾ ਹਰ ਦਮ ਰਹੇ ਪਿਆਰ ਤੇ ਉਹਦੀ ਜਿੱਤ ਹਮੇਸ਼ਾ ਦੋਸਤੋ ਵੀ ਜਿਹੜਾ ਪਹਿਲਾਂ ਕਰਦੇ ਵਾਰ ਉਹਦੀ ਜਿੱਤ ਹਮੇਸ਼ਾ ਦੋਸਤੋ ਜਿਹੜਾ ਪਹਿਲਾਂ ਕਰਦੇ ਵਾਰ ਬਾਕੀ ਵੱਲ ਸ਼ੂਟਿੰਗ ਆਨ ਫਾਇਰ ਪਿੰਡ ਜ਼ਰੀਏ ਦੁਨੀਆਂ ਕਹਿੰਦੇ ਮੈਚਾਂ ਦਾ ਆਨੰਦ ਪਈ ਬਣਦੀ ਹੈ ਔਰ ਸਾਹਮਣੇ ਮੇਰੇ ਮਿੱਤਰੋਂ ਕਿਆ ਹੀ ਵਾਰਤਾ ਬਣਿਆ ਪਿਆ ਮੈਚ ਵੀ ਦੋ ਨੰਬਰਾਂ ਪਹਿਲੇ ਔਰ ਤੀਜਾ ਨੰਬਰ ਕਿਸੇ ਗੱਲ ਨਾਲ ਜੁੜੂਗਾ ਭਨਿਆਰੀ ਵਾਲਿਆ ਤਿਆਰੀ ਫੜਦਾ ਨੰਬਰ ਆਪ ਨੀ ਜੁੜਦਾ ਕਿਤੇ ਜੋੜਨਾ ਪਊਗਾ ਫੜਦਾ ਤਿਆਰੀ ਹੈ ਗੱਲ ਕਹਿੰਦੇ ਫੇਰ ਟਿਕਾਣੇ ਜਿਹੜੀ ਲੱਗ ਜਾਣੀ ਹੈ
ਸੁੱਖੂ ਆ ਗਿਆ ਉਧਰ ਲਾਈਵ ਤੇ ਆਪਣਾ ਦਰਸ਼ਾਦ ਗੁਰਲਾਲ ਥੰਮਣ ਵਾਲੀ ਸੁੱਖੂ ਸੁਖਜੋਤ ਬਹੁਤ ਬੜਾ ਧੰਨਵਾਦ ਕਰਦੇ ਉਧਰ ਕਹਿੰਦੇ ਥੰਮਣ ਵਾਲਾ ਪਿੰਡ ਸਾਡੇ ਯਾਰ ਦਾ ਸੁੱਖੂ ਔਰ ਪਾਲੀਵਾਲ ਦੇ ਵਿੱਚ ਕਹਿੰਦੇ ਲੋਕਾਂ ਨੇ ਘਰ ਦੇ ਨਾਂ ਦੇ ਨਾਲ ਜਾਣਿਆ ਕਹਿੰਦੇ ਸੁੱਖੂ ਨੇ ਵੀ ਦੁਨੀਆ ਦੀਵਾਨੀ ਕਰਦੀ ਮੇਰੇ ਮਿੱਤਰੋ ਜਿੱਥੇ ਜਿੱਥੇ ਚੇਤੇ ਕਰਦੇ ਆ ਕਿਵੇਂ ਜੱਟਾ ਪਿੰਡੋਂ ਕਮਾਉਣ ਦਾ ਉਹ ਸੁੱਖੂ ਦਾ ਬਾਲੀਵਾਲ ਦੇ ਸੱਜਰੇ ਤੂਫਾਨ ਦਾ ਖੇਡ ਦਾ ਸਦਾ ਇੱਕ ਖੇਡ ਭਾਵਨਾ ਦੇ ਨਾਲ ਜਿੱਤ ਹਾਰ ਨੂੰ ਬਣ ਕੇ ਵਿਚਾਰਦਾ ਆਹ ਬੱਲੇ ਢਿੱਲੋਂ ਦਾ ਮੁੰਡਾ ਬਾਬੇ ਗੇਜੇ ਦਾ ਪੋਤਾ ਗਿੱਟਿਆਂ ਤੇ ਮਾਰਦਾ ਆਹ ਬਾਲਾ ਗਿੱਟਿਆਂ ਤੇ ਮਾਰਦਾ ਢਿੱਲੋਂ ਦਾ ਪੋਤਾ ਬਾਬੇ ਗੇਜੇ ਦਾ ਪੋਤਾ ਬਾਲਾ ਗਿੱਟਿਆਂ ਤੇ ਮਾਰਦਾ ਬੁੱਧਗੀ ਨਾਮ ਸਫਲ ਬਰਾੜ ਪੁਆਇੰਟ ਦੱਸਦੇ ਯਾਰ ਪ੍ਰਦੀਪ ਸ਼ਰਮਾ ਫਰਾਂਸ ਭਾਈ ਗੋਪੀ ਢਿਲੋਰੀ ਪੰਮਾ ਢਿਲੋਰੀ ਟੰਨਾ ਕੈਨੇਡਾ ਸੁਖਰਾਜ ਯੂਐਸਏ ਸੁਰ ਸੰਗੀਆਂ ਪ੍ਰਭਾਵ ਦੇ ਨਾਲ ਕਹਿੰਦੇ ਬੜਾ ਮੋਹ ਘਿਰੇ ਮੈਂ ਬਹੁਤ ਵੱਡਾ ਮੈਂ ਧੰਨਵਾਦ ਕਰਾਂਗਾ ਔਰ ਸੁਰ ਸੰਗੀਆਂ ਪਰਿਵਾਰ ਵਾਲੇ ਸਾਡੇ ਵੀਰ ਕਹਿ ਰਹੇ ਵੀ ਹਰ ਸਾਲ ਪਹਿਲਾਂ ਪ੍ਰਦੀਪ ਕੀ ਹਾਲ ਹੈ ਵੀਰੇ ਦੇਵਾਂਗੇ ਬਹੁਤ ਬਹੁਤ ਧੰਨਵਾਦ ਹੈ ਸੱਚੇ ਪਾਤਸ਼ਾਹ ਪਰਮਾਤਮਾ ਸਾਰੇ ਭਰਾਵਾਂ ਨੂੰ ਤਰੱਕੀਆਂ ਬਖਸ਼ੇ ਇਹ ਵੀ ਸੁਰਜੀਤ ਤਿੰਨੋਂ ਦੇ ਪੜ ਚਾਰ ਲਓ ਸਾਹਮਣੇ ਚਾਰ ਤੇ ਜੀਰੋ ਦੀ ਟੱਕਰ ਉਧਰ ਪ੍ਰਦੀਪ ਸ਼ਰਮਾ ਭਰਾ ਸਾਡਾ ਫਰਾਂਸ ਵਾਲਾ ਉਹ ਵੀ ਲਾਈਵ ਜਿਹੜਾ ਬਹੁਤ ਵੱਡਾ ਧੰਨਵਾਦ ਸਾਡੇ ਵੀਰ ਦਾ ਇੱਥੇ ਪੰਜਾਬ ਦਾ ਕਿਹੜਾ ਪਿੰਡ ਆ ਬਈ ਉਧਰ ਸਿਵੀਆਂ ਸਿਵੀਆਂ ਓਕੇ ਜੀ ਸਿਵੀਆਂ ਪਿੰਡ ਆ ਸਾਡੇ ਵੀਰ ਦਾ ਜਿਹੜੇ ਪਿੰਡ ਦਾ ਸੁਰਜੀਤ ਆ ਓਕੇ ਜੀ ਓਕੇ ਬਹੁਤ ਵੱਡਾ ਧੰਨਵਾਦ ਆ ਬਾਈ ਪ੍ਰਦੀਪ ਸ਼ਰਮੇ ਦਾ ਸੁਰਜੀਤ ਕੋਚ ਆ ਦਾ ਸੁਰਜੀਤ ਕੋਚ ਆ ਸ਼ਰਮੇ ਦਾ ਕੋਚ ਓਕੇ ਜੀ ਓਕੇ ਓਕੇ ਠੀਕ ਆ ਵੀਰੇ ਬਹੁਤ ਵੱਡਾ ਧੰਨਵਾਦ ਆ ਵੀ ਕੋਚਾਂ ਦੀਆਂ ਮਾਰਾ ਖੇਡੀਆਂ ਨੇ ਲਿਸ਼ਕਦੀਆਂ ਫਿਰ ਤੇ ਜਵਾਨੀਆਂ ਨੇ ਮੈਚ ਬੜਾ ਚੋਟੀ ਦਾ ਮੇਰੇ ਮਿੱਤਰੋ ਖੇਡ ਗਰਾਊਂਡ ਦੇ ਅੰਦਰ ਹੈ ਉਹ ਬੜਾ ਵਧੀਆ ਮੈਚ ਖੇਡਿਆ ਜਾ ਰਿਹਾ ਵੀ ਕਈ ਵਾਰੀ ਅੱਖਾਂ ਉੱਤੇ ਬੰਦ ਪੱਟੀਆਂ ਤੇ ਧਾਗੇ ਸੂਈ ਵਾਲੇ ਨੰਗੇ ਥਾਈ ਲੰਘਾਉਣੇ ਪੈਂਦੇ ਆ ਐਵੇਂ ਲੋਕੀ ਰਹਿੰਦੇ ਔਰ ਚੰਗੇ ਦਿਨ ਉਡੀਕਦੇ ਤੇ ਦਿਨ ਚੰਗੇ ਆਉਂਦੇ ਨੀ ਲਿਆਉਣੇ ਪੈਂਦੇ ਆ ਐਵੇਂ ਲੋਕੀ ਰਹਿੰਦੇ ਔਰ ਚੰਗੇ ਦਿਨ ਉਡੀਕਦੇ ਦਿਨ ਚੰਗੇ ਆਉਂਦੇ ਨੀ ਲਿਆਉਣੇ ਪੈਂਦੇ ਆ ਇਹਦੇ ਵਿੱਚ ਕੋਈ ਸ਼ੱਕ ਨੀ ਸਿੱਧੂ ਆ ਨੰਬਰ ਜੋੜੇ ਹੀ ਜੁੜਦੇ ਆ ਵੀਰਿਆ ਬੈਰੀ ਤੇ ਮਾਰਾ ਹੀ ਮਰਦਾ ਇਹਦੇ ਵਿੱਚ ਕੋਈ ਸ਼ੱਕ ਨੀ ਵੀ ਕਾਲੇ ਪਾਣੀ ਮਾਉਣ ਦੋ ਪੁਆਇੰਟ ਵੀਰੇ ਦੱਸ ਦੇ ਇੱਕ ਮਿੰਟ ਦੁਬਾਰੇ ਪੁੱਛ ਕੇ ਦੱਸ ਦੇ ਲੈ ਲੀ ਚਾਉਣਿਆ ਜੇ ਮਾਦਾ ਜਾਇਆ ਵੀ ਹਾਰ ਗਿਆ ਆਪ ਜੀ ਇਧਰ ਹਾਲੇ ਕੋਈ ਨਹੀਂ ਹਾਰ ਗਿਆ ਤੇ ਲੋਕਾਂ ਨੇ ਕਹਿਣਾ ਭੇਜਾਂਗੇ ਭੇਜਾਂਗੇ ਰਕੇਸ਼ ਭਾਈ ਜਾਣੇ ਵਾਲੇ ਉਹ ਭੇਜਾਂਗੇ ਨੰਬਰ ਸੇਵ ਕਰੋ ਫਿਲਟਰ ਆਇਆ ਤੇ ਉਹਨਾਂ ਨੇ ਉਹ ਮਿੱਤਰਾਂ ਬੰਨ ਕੇ ਖੜਾ ਦਿੱਤਾ ਇੱਕ ਟੱਕਰ ਵੱਡੀ ਮੇਰੇ ਮਿੱਤਰੋ ਫਿਰ ਗਰਾਊਂਡ ਦੇ ਵਿੱਚ ਖੇਡੀ ਜਾ ਰਹੀ ਹੈ ਨੰਬਰ ਇੱਧਰ ਕੋਈ ਨਹੀਂ ਜੁੜਿਆ ਉਧਰ ਚੌਥੇ ਤੋਂ ਪੰਜਵੇਂ ਦੀ ਭਾਲ ਦੇ ਵਿੱਚ ਆ ਗੱਭਰੂ ਬੱਕਰਾ ਗਲਾਸ ਲੈ ਜੀ
ਮੈਂ ਵੀ ਬਹੁਤ ਬਹੁਤ ਧੰਨਵਾਦ ਆ ਜਿੰਨੇ ਵੀ ਭਰਾ ਸਾਡੇ ਜਿਹੜੇ ਬੈਠੇ ਆ ਕਿਤੇ ਬੰਨੇ ਕੱਪ ਦੇ ਨਾਲ ਉਧਰਲੇ ਪਾਸੇ ਬਹੁਤ ਬਹੁਤ ਧੰਨਵਾਦ ਮੈਂ ਕਰਾਂਗਾ ਜਿੰਨੇ ਵੀ ਸਾਡੇ ਇੰਨਾ ਦੇ ਵੀਰ ਆ ਜਿਹੜੇ ਬੰਨੇ ਕੱਪ ਦੇ ਨਾਲ ਜੁੜੇ ਲਾਈਨ ਜੁੜੇ ਬੈਠੇ ਆ। ਇੱਧਰ ਫਾਈਨਲ ਮੈਚ ਖੇਡਿਆ ਜਾ ਰਿਹਾ ਹੈ, ਇੱਕ ਪਾਸੇ ਭਣਿਆਰੀ ਦੀ ਟੀਮ ਹੈ, ਇੱਧਰ ਕਹਿੰਦੇ ਘੱਟਿਆਂ ਵਾਲੀ ਪਿੰਡ ਦੇ ਖਿਡਾਰੀਆਂ ਨੂੰ ਲਗਾਤਾਰ ਅੱਜ ਕਹਿੰਦੇ ਛੇਵਾਂ ਦਿਨ ਆ ਮੁੰਡੇ ਫਾਈਨਲ ਖੇਡਦੇ ਆ, ਆਹ ਦੇਖਾਂਗੇ ਅੱਜ ਫਾਈਨਲ ਜਿੱਤਣਗੇ ਤੇ ਜਾਂ ਫਿਰ ਇਕੱਲਾ ਪਊਗਾ। ਮੇਰੇ ਮਿੱਤਰੋ ਕਹਿੰਦੇ ਸਾਰੀ ਆ ਸਬਰ ਸੰਤੋਖ ਦੀ ਹੁੰਦੀ ਆ ਮੇਰੇ ਮਿੱਤਰੋ, ਉਹ ਕਹਿੰਦੇ ਅੱਜ ਮੂੰਹ ਭਰੇ ਸੰਦੇ ਨੇ ਟੀਮਾਂ ਜਿਹੜੀਆਂ ਆਈਆਂ ਨੇ ਵੀ ਬੰਦੇ ਦਾ ਇੱਕ ਪਿਆਰ ਹੀ ਚੇਤੇ ਰਹਿ ਜਾਂਦਾ, ਹੋਰ ਭਲਾ ਕੀ ਦੁਨੀਆਂ ਤੋਂ ਕੋਈ ਲੈ ਜਾਂਦਾ ਤੇ ਬਾਹਰ ਕੱਫਰ ਤੋਂ ਖਾਲੀ ਹੱਥ ਸ਼ਿਕੰਦਰਦੇ ਆ ਜਾ ਸਕਦਾ ਕੁਝ ਨਾਲ ਤੇ ਸੱਚੀ ਲੈ ਜਾਂਦਾ ਤੁਰਿਆ ਫਿਰਦਾ ਇਹ ਵੀ ਕਿਸੇ ਦੀ ਤਾਕਤ ਹੈ ਨਹੀਂ ਤੇ ਜਿੰਨੇ ਝੱਖਰ ਝੁਲੇ ਆ ਉਹ ਕਦਰਾਂ ਢਹਿ ਜਾਂਦਾ, ਤੁਸੀਂ ਦਿਲ ਵਿੱਚ ਬਹਿਣ ਲਈ ਬਸ ਕਿਸੇ ਨੂੰ ਜਗ੍ਹਾ ਦਿਓ, ਹੌਲੀ ਹੌਲੀ ਉਹ ਠੋਡੀਆਂ ਜੜਾਂ ਚ ਬਹਿ ਜਾਂਦਾ ਤੇ ਬੇਬੀ ਨੁਕਸਾਂ ਤੇਰੇ ਵਿੱਚ ਵੀ ਹੋਵਣਗੇ, ਐਵੇਂ ਨੀ ਕੋਈ ਕਿਸੇ ਦੇ ਮੂੰਹੋਂ ਲੈ ਜਾਂਦਾ, ਬਸ ਬੰਦੇ ਦਾ ਇੱਕ ਪਿਆਰ ਹੀ ਚੇਤੇ ਰਹਿ ਜਾਂਦਾ। ਅੱਜਕੱਲ ਫੈਨ ਫੋਲੋਇੰਗ ਵਧੀਆ ਵੀ ਮੁੰਡਿਆਂ ਕੁਝ ਨਾ ਕੁਝ ਵੱਖਰਾ ਕਰਨਾ ਪੈਣਾ। ਸਰਜੀਤ ਦਾ 3-0 ਹੈ, 4-0 ਹੈ ਬਾਈ, 4 ਭਨਿਆਰੀ, ਇੱਧਰ ਖਾਤਾ ਨਹੀਂ ਖੁੱਲਿਆ ਘੱਟਣ ਵਾਲੀ ਦਾ, 4 ਭਨਿਆਰੀ ਹਰ ਇੱਧਰ ਵਾਲੇ ਖਾਤਾ ਨਹੀਂ ਖੁੱਲਿਆ, 4 ਤੇ 0 ਦੀ ਟੱਕਰ ਆ, 5ਵਾਂ ਨੰਬਰ ਵੇਖਿਆ ਕਿ ਜੋੜੂਗਾ ਕੌਣ ਆਪਣੀ ਟੀਮ ਦੇ ਲਈ, ਕੋਸ਼ਿਸ਼ ਤੇ ਕਰ ਰਹੇ ਮੁੰਡੇ ਕੋਸ਼ਿਸ਼ ਤੇ ਕਰ ਰਹੇ ਹੈ ਪਰ ਬਹੁਤ ਤਕੜੇ ਮੇਲ ਲੱਗੇ ਯਾਰ ਅੱਜ, ਕਬਰ ਪਿੱਛੇ ਸਿਰਾ ਪ੍ਰਬੰਧ ਸੀ, ਲੱਡੂਆਂ ਦਾ ਲੰਗਰ ਚੱਲਿਆ ਸਿਰਾ ਜਮਾ, ਜੂਸ ਦਾ ਲੰਗਰ ਚੱਲਿਆ, ਜੂਸ ਗੰਨੇ ਦਾ ਵਾਧੂ ਜਿੰਨਾ ਮਰਜ਼ੀ ਪਿਓ, ਬਹੁਤ ਸਿਰਾ ਕਰਾਇਆ ਜਮਾ ਮੁੰਡਿਆਂ ਨੇ, ਬਾਕੀ ਪ੍ਰਸ਼ਾਦਾ ਪਾਣੀ ਚਾਹ ਪਾਣੀ ਸਾਰਾ ਐਨ ਲੰਗਰ ਦੇ ਵਿੱਚ ਵੀ ਫੁੱਲ ਸਿਰਾ ਕਰਾਤਾ ਬੰਦਿਆਂ ਨੇ ਯਾਰ, ਬਾਕੀ ਗਰਾਊਂਡ ਬਹੁਤ ਸੋਹਣੇ ਬਣੇ, ਟੀਮਾਂ ਬਹੁਤ ਵਧੀਆ ਟੀਮਾਂ ਆਈਆਂ ਐਨ ਸਿਰਾ ਜਮਾ, ਇੱਕ ਦੋ ਟੀਮਾਂ ਨੂੰ ਛੱਡ ਕੇ ਤਕਰੀਬਨ ਸਾਰੀਆਂ ਟੀਮਾਂ ਹੀ ਆ ਗਈਆਂ, ਮੈਚ ਵੀ ਬੜੇ ਤਕੜੇ ਲੱਗੇ ਐਂਡ ਜਮਾ ਬਹੁਤ ਐਂਡ ਹੋ ਗਿਆ, ਬਸ ਕੀ ਦੱਸੀਏ ਹੁਣ ਤੁਹਾਨੂੰ, ਦੁੱਖ ਟੁੱਟ ਗਏ ਇਸ ਤੋਂ ਉੱਤੇ ਕੁਛ ਨਹੀਂ, ਇੰਨਾ ਵਧੀਆ ਟੂਰਨਾਮੈਂਟ ਹੋਇਆ, ਨੀਤਾ ਸਾਫ ਤੇ ਸਭ ਕੁਛ ਮਾਫ, ਬਹੁਤ ਵਧੀਆ ਜਿਹੜਾ ਮੈਚ ਖੇਡਿਆ ਜਾ ਰਿਹਾ ਹੈ, ਫਾਲਤਰ ਸਾਰੇ ਦੇ ਸਾਰੇ ਕਲੱਬ ਵਾਲੇ ਭਰਾ ਸਾਡੇ ਬੜੀ ਰੀਝ ਨਾਲ ਬੜੇ ਚਾਅ ਦੇ ਨਾਲ ਬੜੇ ਉਤਸ਼ਾਹ ਦੇ ਨਾਲ ਮੇਲਾ ਕਰਵਾਉਂਦੇ ਆ, ਪਰ ਸਾਡੇ ਭਰਾ ਇਹ ਅਕਸਰ ਗੱਲਾਂ ਕਰਦੇ ਹੁੰਦੇ ਵੀ ਯਾਰ ਜੇਕਰ ਅਤਿੰਦਰ ਤਾਲ ਭੁੱਲਰ ਹੁੰਦਾ ਨਾ ਨਾਲ ਸਾਡੇ ਤੇ ਫਿਰ ਗੱਲ ਜਿਹੜੀ ਹੋਰ ਹੋਣੀ ਸੀਗੀ, ਸਾਡਾ ਭਰਾ ਸਾਰੀਆਂ ਖੇਡਾਂ ਹੀ ਬਹੁਤ ਵਧੀਆ ਖੇਡਦਾ ਸੀਗਾ, ਵਾਲੀਬਾਲ ਫੁੱਟਬਾਲ ਔਰ ਕਿਸੇ ਕਿਸੇ ਇਨਸਾਨ ਦੇ ਵਿੱਚ ਜਿਹੜੀ ਸੱਚੇ ਪਾਤਸ਼ਾਹ ਪਰਮਾਤਮਾ ਬੜੀ ਕਹਿੰਦੇ ਤੁੰਡ ਤੁੰਡ ਕੇ ਭਰਦਾ ਵੀ ਕੋਈ ਵੀ ਖੇਡ ਖੇਡੇ ਖਿਡਾਰੀ ਤੇ ਬੜੀ ਪ੍ਰਸਿੱਧੀ ਮਿਲ ਜਾਂਦੀ ਹੈ, ਅਤਿੰਦਰ ਪਾਲ ਭੁੱਲਰ ਸਾਡਾ ਭਰਾ ਕਮੇਟੀ ਵਾਲੇ ਵੀਰ ਸਾਡੇ ਕਹਿੰਦੇ ਵੀ ਅਸੀਂ ਇਹਨੂੰ ਹਮੇਸ਼ਾ ਆਪਣੇ ਅੰਗ ਸੰਗ ਦੇਖਦੇ ਹਾਂ ਜਦੋਂ ਵੀ ਮੇਲਾ ਕਰਵਾਉਂਦੇ ਹਾਂ, ਬਸ ਇੱਕ ਉਹੀ ਘਾਟ ਜਿਹੜੀ ਨਹੀਂ ਪੂਰੀ ਹੁੰਦੀ ਹੈ, ਬਾਕੀ ਦੇ ਰਿਪੋਰਟਾਂ ਜਿਹੜੀਆਂ ਓਕੇ ਹੋ ਜਾਂਦੀਆਂ ਨੇ, ਅੱਜ ਸਾਡੇ ਭਰਾ ਨੂੰ ਯਾਦ ਕੀਤਾ ਜਾ ਰਿਹਾ ਹੈ, ਜਿੰਨਾ ਟਾਈਮ ਮੇਲਾ ਹੁੰਦਾ ਰਹੂਗਾ
ਜਦੋਂ ਜਦੋਂ ਖੇਡਾਂ ਹੁੰਦੀਆਂ ਰਹਿਣਗੀਆਂ ਤੇ ਸਾਡੇ ਵੀਰ ਅਤਿੰਦਰ ਭੁੱਲਰ ਦੀਆਂ ਯਾਦਾਂ ਜਿਹੜੀਆਂ ਭਰਾ ਸਾਡੇ ਤਾਜ਼ੀਆਂ ਕਰਦੀਆਂ ਰਹਿਣਗੀਆਂ ਵੀ ਲਾਲਚ ਖਾਤਰ ਲੋਕ ਵਜਾਉਂਦੇ ਘਰ ਦੀ ਘੰਟੀ ਪਈ ਤੇ ਬੇਦਨ ਚੈਨਾ ਵਾਂਗੂ ਕਿਸੇ ਦੀ ਕੋਈ ਗਰੰਟੀ ਨਹੀਂ ਹੈ। ਔਰ ਝੂਠ ਦੀ ਮੰਡੀ ਰੋਜ਼ ਵਪਾਰੀ ਹੋ ਹੋ ਲੱਗ ਜਾਂਦਾ ਤੇ ਭੁੱਲਰਾ ਰੀੜ ਦੀ ਹੱਦੀ ਟੁੱਟ ਜਿਹੜੀ ਜਦ ਕੋਈ ਆਪਣਾ ਛੱਡ ਜਾਂਦਾ ਹੈ, ਰੀੜ ਦੀ ਹੱਦੀ ਟੁੱਟ ਜਿਹੜੀ ਜਦ ਕੋਈ ਆਪਣਾ ਛੱਡ ਜਾਂਦਾ ਹੈ। ਸਾਡੇ ਭਰਾ ਦੀਆਂ ਯਾਦਾਂ ਨੇ ਐਵੀ ਗੱਲਾਂ ਨੰਬਰ ਕੁਛ ਨਹੀਂ ਕਰੀ ਗੱਲ ਲਾਓ ਸਾਹਮਣੇ ਵੀਰੇ ਚਾਰ ਤੇ ਜਿਹੜੇ ਜੀਰੋ ਦੀ ਟੱਕਰ ਹੈ। ਭਾਈ ਜੀ ਪ੍ਰਬੰਧਕ ਵੀਰ ਕਹਿੰਦੇ ਆ ਵੀ ਜਿਹੜੀ ਟੀਮ ਜ਼ਿਆਦਾ ਅਟੈਕ ਕਰੇਗੀ ਉਹਨੂੰ ਫੌਲ ਦੇ ਸ਼ੁਰੂ ਦਾ ਵੀਰ। ਭਰਾ ਸਾਡੇ ਕਹਿੰਦੇ ਆ ਵੀ ਜਿਹੜੀ ਟੀਮ ਜ਼ਿਆਦਾ ਅਟੈਕ ਕਰੇਗੀ ਉਹਦਾ ਉਹਨੂੰ ਫੂਲ ਦੇ ਵਿੱਚ ਸੌਟ ਹੋਵੇਗੀ। ਇਹ ਟੀਮਾਂ ਜਿਹੜੀਆਂ ਨੋਟ ਕਰਨ ਭਰਾ ਬਣ ਕੇ ਔਰ ਚਰਚੇ ਵੰਡੇ ਆ ਖੇਡ ਮੈਦਾਨ ਦੇ ਵਿੱਚ ਔਰ ਗੱਲਾਂ ਬਾਤਾਂ ਵੰਡੀਆਂ ਨੇ। ਵੀਰ ਕਹਿੰਦੇ ਜੇ ਜ਼ਿਆਦਾਤਰ ਡਿਫੈਂਸ ਚੱਲਿਆ ਤੇ ਨਹੀਂ ਫਿਰ ਬਾਅਦ ਦੇ ਵਿੱਚ ਅਸੀਂ ਟਾਈਮ ਦੇ ਦਿਆਂਗੇ। ਇਹ ਮੇਰੀ ਬੇਨਤੀ ਆ ਭਰਾ ਬਣ ਕੇ ਥੋੜਾ ਜਿਹਾ ਰੱਖੀਏ ਤਾਲਮੇਲ ਨੂੰ ਤੇਜ਼। ਔਰ ਇੱਕ ਚੋਟੀ ਦਾ ਮੁਕਾਬਲਾ ਖੇਡਦੇ ਗਰਾਊਂਡ ਦੇ ਵਿੱਚ ਮੇਰੇ ਮਿੱਤਰੋ ਔਰ ਖੇਡਿਆ ਜਾ ਰਿਹਾ। ਟੀਮਾਂ ਬਹੁਤ ਵੱਡੀਆਂ ਨੇ, ਚੋਟੀ ਦੇ ਖਿਡਾਰੀ ਔਰ ਧੰਨ ਧੰਨ ਕਰਵਾਈ ਹੋ ਗਿਆ ਬੱਲੇ ਬੱਲੇ ਬੱਲੇ। ਔਰ ਸਵਾਦ ਮਿੱਤਰਾ ਸਿੱਧੂ ਆ ਤੈਨੂੰ ਵੀ ਮਿੱਤਰਾ ਮਹਿੰਗੇ ਮੁੱਲ ਦਾ ਮੋਟਰਸਾਈਕਲ ਸਨਮਾਨ ਦੇ ਵਿੱਚ ਮਿਲਿਆ। ਔਰ ਚਰਚਾ ਹੁੰਦੀ ਆ ਮੇਰੇ ਮਿੱਤਰੋ ਖੇਡਦੇ ਗਰਾਊਂਡ ਦੇ ਵਿੱਚ ਔਰ ਗੱਲਾਂ ਬਾਤਾਂ ਵੱਡੀਆਂ ਨੇ। ਔਰ ਭਰਾ ਕਹਿੰਦੇ ਵੀ ਜਿੰਨੇ ਦੇ ਉਹਦੇ ਟਾਇਰ ਸੀ ਨਾ ਇੰਨੇ ਤੇ ਤਾਂ ਸੈਕਿੰਡ ਹੈਂਡ ਗੱਡੀ ਆ ਜਾਂਦੀ ਹੈ। ਔਰ ਗੱਲਾਂ ਬਾਤਾਂ ਵੱਡੀਆਂ ਨੇ। ਮੈਚ ਬਹੁਤ ਟੌਪ ਹੈ, ਇੱਕ ਪਾਸੇ ਘੰਟੇ ਵਾਲੀ ਪਿੰਡ ਹੈ ਇਹਨਾਂ ਖਿਡਾਰੀਆਂ ਦਾ ਤੇ ਨਾਲ ਮੁੰਡੇ ਹਰਿਆਣੇ ਵਾਲੇ ਉਹ ਪਲਿਹਾਰੀ ਪਿੰਡ ਆ ਮੇਰੇ ਮਿੱਤਰੋ ਤੇ ਚਰਚੇ ਵੱਡੇ ਆ। ਖੇਡਦੇ ਗਰਾਊਂਡ ਦੇ ਅੰਦਰ ਨੌਜਵਾਨਾਂ ਜਿਹੜੇ ਦੀ ਟੱਕਰ ਖੇਡੀ ਜਾ ਰਹੀ ਹੈ ਟੀਮਾਂ ਬਾਕੀ ਵੱਡੀਆਂ ਨੇ। ਓਕੇ ਜੀ ਭਾਈ ਜਿਹੜੀ ਟੀਮ ਜ਼ਿਆਦਾ ਅਟੈਕ ਕਰੇਗੀ ਉਹਨੂੰ ਵੀਰੇ ਫੌਲ ਦੇ ਵਿੱਚ ਵੀ ਛੂਟ ਹੈ ਤੇ ਫਿਰ ਭਰਾ ਬਣ ਕੇ ਕੋਈ ਵੀ ਵੀਰ ਜਿਹੜਾ ਉਹ ਰੈਫਰੀ ਦੇ ਨਾਲ ਕੋਈ ਕਿੰਤੂ ਪਰੰਤੂ ਨਾ ਕਰੇ। ਸੁਰਜੀਤ ਰੱਖੀ ਸੋਹਣਿਆ ਵੀਰ ਇਸ ਗੱਲ ਦਾ ਖਿਆਲ ਔਰ ਵੀਰ ਸਾਡਾ ਸਾਡੀ ਜ਼ਿੰਦਗੀ ਦਾ ਮਾਣ ਹੈ ਔਰ ਦਬਾਬਾ ਨੇ ਸਾਡੇ ਜ਼ਿੰਦਗੀ ਦੇ ਬਹੁਤ ਸਤਿਕਾਰਯੋਗ ਭਰਾ ਦੇ ਲਈ ਇਸ ਦੇ ਵੀ ਚਰਚੇ ਕਹਿੰਦੇ ਵੱਡੇ ਆ ਔਰ ਮਿਹਨਤਾਂ ਕੀਤੀਆਂ ਤੇ ਚਰਚੇ ਕਹਿੰਦੇ ਵੱਡੇ ਮੇਰੇ ਮਿੱਤਰੋ। ਝੰਡੇ ਨਾਲ ਲਾਲਚ ਜਾਂ ਡੰਡੇ ਨਾਲ ਜਿੱਤ ਦੇ ਨਿਸ਼ਾਨ ਸਦਾ ਔਰ ਲਾਏ ਜਾਂਦੇ ਝੰਡੇ ਨਾਲ। ਕਰਿਓ ਕਰਿਓ ਸ਼ੇਅਰ ਕਰਿਓ ਮੁੰਡੋ ਖਿੱਚ ਕੇ ਐਨ ਸੁਪਰ ਫਾਈਨਲ ਖੇਡਿਆ ਜਾ ਰਿਹਾ ਪਿੰਡ ਕਬਰ ਵੱਛਾ ਜ਼ਿਲ੍ਹਾ ਫਿਰੋਜ਼ਪੁਰ ਅਤੇ ਅਗਲੇ ਸਾਲ ਵੀ ਭਰਾ ਸਾਡਿਆਂ ਨੇ ਵੱਡੇ ਪ੍ਰਾਈਜ਼ ਲੀਗ 'ਤੇ ਆ ਵੱਡੇ ਪ੍ਰਬੰਧ ਲੀਗ 'ਤੇ ਆ। ਕਬਰ ਵੱਛੇ ਵਾਲੇ ਜੱਟਾਂ ਨੇ ਉੱਡਦੀ ਧੂੜ ਵੇਖਿਓ ਆਓ ਅਗਲੇ ਸਾਲ ਵੀ ਉੱਡਣਗੇ ਡੋਰ ਗਏ। ਬਾਲ ਸੋਢੀ ਖੇਡਦਾ ਗੁਰੂ ਸਰ ਯੋਧਾਂ ਵਾਲਾ ਉਧਰ 4-0 ਹੀ ਆ ਪ੍ਰਦੀਪ ਅੰਮ੍ਰਿਤ ਬਰਾੜ ਯੂਐਸਏ ਸਹੀ ਗੱਲ ਹੈ ਅੰਮ੍ਰਿਤ ਅੰਮ੍ਰਿਤ ਬਰਾੜ ਕਿਵੇਂ ਆ ਜੱਟਾ
ਰਾਜੀ ਪਣਿਆਰੀ ਵਾਲਿਆ ਪਾਣੀ ਵਿੱਚ ਹੋਣਾ ਜੱਟਾ ਜੱਟਾ ਬੜਾ ਆਪਣੇ ਦੱਸ ਹੱਲ ਕੋਈ ਹੋਣਾ ਗੱਲ ਤੇ ਮੁੱਕਣਾ ਦੁਨੀਆ ਪਿਆਰ ਉਧਰ ਚਾਰ ਇਧਰ ਜੀਰੋ ਔਰ ਦੁਨੀਆ ਦੇ ਪਿਆਰ ਕਰਦੀ ਤੇ ਫਿਰ ਬੜਾ ਤਗੜਾ ਮੈਚ ਬਣ ਗਿਆ ਦੇਣਾ ਪਊਗਾ ਸਲੇਮ ਸ਼ਾਹ ਵਾਲਿਆ ਅਰੇ ਮੈਚ ਤੂੰ ਜਿੱਤਣ ਦਾ ਦਾਅਵਾ ਰੱਖਦਾ ਸੋਹਣਿਆ ਵੀਰਾ ਆਸੇ ਪਾਸੇ ਬੈਠੇ ਭਰਾ ਇਹ ਕਹਿੰਦੇ ਮੁੰਡੇ ਛੂਟਾਂ ਦੀ ਮੰਗ ਕਰਦੇ ਆ ਤੇ ਫਿਰ ਹੁਣ ਇਹਨਾਂ ਦੀਆਂ ਭਾਵਨਾਵਾਂ ਦਾ ਖਿਆਲ ਵੀ ਰੱਖਣਾ ਪਊਗਾ ਓ ਬੱਲੇ 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 ਹੁੰਦੀ ਨੀ ਕਰਾਉਣੀ ਪੈਂਦੀ ਆ ਬੱਲੇ ਬੱਲੇ ਕੌਣ ਕਰਵਾਵੇਗਾ ਹਾਲੇ ਤੇ ਸ਼ੁਰੂਆਤ ਹੋਈ ਹਾਲੇ ਤੇ ਲਗਾਨ ਫਿਰ ਮੈਨੂੰ ਕੰਮ ਇਹ ਬਾਹਲਾ ਲੰਬਾ ਚੱਲੂਗਾ ਮੇਰੇ ਮਿੱਤਰੋ ਚੋਟੀ ਦਾ ਮੁਕਾਬਲਾ ਦਾਲੀ ਜਗਵੀਰ ਪੱਕਾ ਜਗਵੀਰ ਪੱਕੇ ਦਾ ਵਿਸ਼ੇਸ਼ਣ ਤੇ ਮਾਣ ਸਨਮਾਨ 3 ਮਾਰਚ ਨੂੰ ਝਾੜੀਆਂ ਦੇ ਟੂਰਨਾਮੈਂਟ ਤੇ ਵੀਰ ਕਹਿੰਦੇ ਕਰਾਂਗੇ ਆਪਾਂ ਬਹੁਤ ਬਹੁਤ ਧੰਨਵਾਦ ਆ ਵੀਰ ਕਹਿੰਦੇ ਵੱਡੇ ਕੱਪ ਦੇ ਨਾਲ ਸਨਮਾਨ ਕਰਦਾ ਆਪਾਂ ਬਹੁਤ ਬਹੁਤ ਧੰਨਵਾਦ ਹੈ ਲਓ ਸਾਹਮਣੇ ਕਹਿੰਦੇ 1-4 ਦਾ ਮੁਕਾਬਲਾ ਜਾਂ 0-4 ਹੀ ਨੇ ਓਕੇ ਓਕੇ ਬਈ ਜੇ ਰਾਜਾ ਇੱਥੇ ਹੈਗਾ ਤਾਂ ਸਟੇਜ ਕੋਲੇ ਆਵੇ ਤਿੱਖੂ ਦਾ ਮੁੰਡਾ ਰਾਜਾ ਲਾਦੀ 4-0 17 ਪੁਆਇੰਟਾਂ ਦਾ ਮੈਚ ਹੈ ਹਾਲੇ ਤੇ ਦਿੱਲੀ ਦੂਰ ਆ ਬੜੀ ਔਰ 4-5 ਕਰਤਲੀ ਮੁੰਡੇ ਜਦੋ ਜਹਦ ਤੇ ਕਰ ਰਹੇ ਵੀ ਜੋਧੇ ਰਣ ਵਿੱਚ ਜੂਝਦੇ ਬਹੁਗੇ ਤਲਵਾਰਾਂ ਉਸ ਡਾਂਡੇ ਦੇ ਹੱਥ ਹੁੰਦੀਆਂ ਬਈ ਜਿੱਤਾਂ ਤੇ ਹਾਰਾਂ ਆਓ ਪਣਹਾਰੀ ਵਾਲਾ ਕੰਪਿਊਟਰ ਨੰਬਰ 5 ਨੰਬਰ ਕਹਿੰਦੇ 5 ਜੋੜ ਗਿਆ
ਪੱਟੀ ਤੋੜ ਗਿਆ ਤੇ ਨੰਬਰ ਜੋੜ ਗਿਆ, ਪੁਆਇੰਟ ਕਹਿੰਦੇ ਪੰਜਵਾਂ ਜੁੜ ਗਿਆ। ਹੌਲੀ ਹੌਲੀ ਕਰਕੇ ਉਹ ਨੇੜੇ ਨੇੜੇ ਲੱਗਦੇ ਜਾਂਦੇ ਸਲੀਮ ਸ਼ਾਹ ਵਾਲਿਆ, ਕੋਈ ਨਾ ਕੋਈ ਤੇ ਹੱਲ ਹੁਣ ਕਰਨਾ ਪਊਗਾ। ਉਹ ਹੌਲੀ ਹੌਲੀ ਕਰਕੇ ਨੰਬਰ ਜਿਹੜੇ ਵਧਾਉਂਦੇ ਤੁਰੇ ਜਾਂਦੇ ਆ ਵੀ ਹੁਣ ਮੁੜ ਸੂਫੇ ਦੇਗ ਤੇ ਬੰਦਾ ਕੀ ਨੀ ਕਰ ਸਕਦਾ, ਤੇ ਕੱਟ ਵਾਲੀਆਂ ਬੂੰਦ ਬੂੰਦ ਨਾਲ ਸਾਗਰ ਭਰ ਸਕਦਾ, ਤੇ ਉਸ ਡਾਢੇ ਦੇ ਨਾਲ ਲੱਗ ਕੇ ਬੇੜੀ ਧਰਦੀ ਹੁੰਦੀ ਹੈ। ਉਹ ਫਿਰ ਤੁਣਕਾ ਤੁਣਕਾ ਕਰਕੇ ਗੁੱਡੀ ਚੜ੍ਹਦੀ ਹੁੰਦੀ ਹੈ, ਫਿਰ ਤੁਣਕਾ ਤੁਣਕਾ ਕਰਕੇ ਗੁੱਡੀ ਚੜ੍ਹਦੀ ਹੁੰਦੀ ਹੈ। ਗੁੱਡੀ ਕਹਿੰਦੇ ਅੰਬਰਾਂ ਦੇ ਮੁੰਡਿਆਂ ਦੀ, ਉਹ ਕਹਿੰਦੇ ਖੇਡ ਦੇ ਮੈਦਾਨ ਦੇ ਵਿੱਚ, ਪਰ ਨੰਬਰ ਕਹਿੰਦੇ ਛੇਵੇਂ ਦੇ ਅੰਕ ਰੱਖੀ ਬੈਠੇ ਆ। ਇੱਕ ਪਾਸੇ ਭਣਿਆਰੀ ਹੈ, ਇਧਰਲੇ ਪਾਸੇ ਕਹਿੰਦੇ ਘੱਟਿਆਂ ਵਾਲੀ ਪਿੰਡ ਦੇ ਖਿਡਾਰੀਆਂ ਦੇ ਵੀ ਰਕਾਰ ਕਹਿੰਦੇ ਵੱਡੇ ਬੋਲਦੇ ਆ ਮੇਰੇ ਮਿੱਤਰੋ, ਪਰ ਅੱਜ ਦੇਖਾਂਗੇ ਉਹ ਨੰਬਰ ਨੰਬਰ ਕੌਣ ਦੇਊਗਾ। ਤਾਦੀ ਬਿਨਾਂ ਕਹਿ ਤੋਂ ਵੱਡੀ ਹੈ ਹਰੀ ਗੁਰਲਾਲ, ਉਹ ਤਾਦੀ ਦੇ ਬਿਨਾਂ ਕਹਿ ਤੋਂ ਵੱਡੀ ਹੈ ਵੀ ਤਾਦੀਆਂ ਗੰਦ ਵੀ ਵੱਜਦੀਆਂ ਨੇ, ਪਤਾ ਲੱਗਦਾ ਲੋਕਾਂ ਦੇ ਮਨ ਲੱਗਿਆਂ ਦਾ। ਇਹ ਦੁਨੀਆਂ ਪੁੱਜਦੀ ਯੋਧਿਆਂ ਨੂੰ ਕੋਈ ਨਾਮ ਨੀ ਲੈਂਦਾ ਭੱਜਿਆਂ ਦਾ, ਉਹ ਪੰਜੇ ਸ਼ੇਰਾਂ ਵਾਂਗ ਲੜਦੇ ਨੇ। ਅੱਜ ਚਮਕੂ ਕੌਣ ਸਿਤਾਰਾ, ਅੱਧੀ ਚੋਟੀ ਦਾ ਜੋਰ ਵੀ ਲੱਗਣਾ ਬਈ ਦੁਨੀਆਂ ਖੜਕੇ ਆਓ ਦੇਖੋ ਕੁੱਲ ਨਜ਼ਾਰਾ। ਸਵਾਲ ਵੱਜਿਆ ਪਿਆ, ਪਹਿਲੇ ਪੰਜ ਵਾਰ ਕਦੇ ਭਣਿਆਰੀ ਦੀ ਟੀਮ ਦੇ ਖਾਤੇ ਵਿੱਚ ਜੁੜ ਗਏ ਆ। ਜਿਨ੍ਹਾਂ ਨਾਲ ਮੈਂ ਆਇਆ ਸੀ ਉਹ ਬਾਗੇ ਬੂਟੇ ਵਰਗੇ, ਉਹਨਾਂ ਦਾ ਬਾਗੇ ਆਹੋ
ਗੁਰਾਂ ਦੇ ਲਾਲ ਫੋਨ ਦਿਓ ਜੇ ਵੀਰੇ ਆਪਣਾ ਸੋਹਣੇ ਵੀਰ ਆਸਟ੍ਰੇਲੀਆ ਹੁਣ ਭਰਾ ਸਕਦਾ ਯਾਤਰੀ ਆਸਟ੍ਰੇਲੀਆ ਉਹਨਾਂ ਭਰਾਵਾਂ ਦੇ ਵੱਲੋਂ ਸਾਨੂੰ ਅੱਜ ਦੇ ਸਖੇ ਟੂਰਨਾਮੈਂਟ ਦੇ ਲਈ 11,000 ਰੁਪਏ ਦੀ ਸਹਾਇਤਾ ਵੀ ਆਈ ਹੈ ਔਰ ਨਾਲ ਉਹਨਾਂ ਭਰਾਵਾਂ ਨੇ ਆਪਣੇ ਪਿੰਡ ਦੇ ਸਾਰੇ ਖਿਡਾਰੀਆਂ ਦੇ ਮਾਣ ਸਨਮਾਨ ਜਿਹੜੇ ਕੀਤੇ ਗੱਪਾਂ ਦੇ ਨਾਲ ਬਹੁਤ ਬਹੁਤ ਧੰਨਵਾਦ ਹੈ ਨਾਲ ਹੀ ਇਧਰਲੇ ਪਾਸੇ ਸ਼ਹਿਬਾਜ਼ ਆਇਆ ਹੋਇਆ ਪੱਕਿਆਂ ਵਾਲਾ ਸ਼ਹਿਬਾਜ਼ ਆਇਆ ਛੋਟਾ ਵੀਰ ਔਰ ਇਧਰਲੇ ਪਾਸੇ ਭਰਾ ਸਾਡੇ ਕਹਿ ਰਹੇ ਨੇ ਆਉਂਦੇ ਸਾਲ ਸ਼ਹਿਬਾਜ਼ ਦਾ ਸਨਮਾਨ ਭਰਾ ਸਾਡੇ ਕਹਿੰਦੇ ਵੀ ਜਿੱਡਾ ਇਹਦਾ ਕੱਦ ਆ ਉਹਦੇ ਕੱਦ ਨਾਲ ਕਰਦਾਂਗੇ ਵੀ ਜਿੱਡਾ ਇਹਦਾ ਕੱਦ ਹੋ ਜੂਗਾ ਤੇ ਉਹਦੇ ਜਿਹੜੇ ਭਰਾ ਦੇ ਮਾਣ ਸਨਮਾਨ ਕਰ ਦਿੱਤੇ ਜਾਣਗੇ ਬਹੁਤ ਬਹੁਤ ਮੁਬਾਰਕਾਂ ਦੇ ਸ਼ਹਿਬਾਜ਼ ਨੂੰ ਨਹੀਂ ਮੈਂ ਕੰਮ ਕਰ ਮੈਂ ਗੱਲ ਕਰੀ ਹਾਂ ਜੀ ਓਹੋ ਚੱਲ ਪਿਆ ਕੰਮ ਮੁੰਡਿਓ ਸਿਰਾ ਸਿਰਾ ਰਾਮ ਰਾਮ ਜੀ ਰਾਮ ਰਾਮ ਨੱਪੀ ਆਓ ਕਲੀ ਮੁੰਡਿਓ ਖਿੱਚ ਕੇ ਧੁੰਦ ਬਹੁਤ ਆ ਗਈ ਬਈ ਨਾਦੀ ਕਬਰ ਬਸ਼ੇ ਦੀ ਧਰਤੀ ਆ ਫਾਈਨਲ ਖੇਡਿਆ ਜਾ ਰਿਹਾ ਹੈ ਔਰ ਜਿੰਨੇ ਵੀ ਸਾਡੇ ਨਗਰ ਦੇ ਐਨ ਆਰ ਆਈ ਭਰਾ ਨੇ ਨਗਰ ਦੇ ਇਕੱਲੇ ਇਕੱਲੇ ਬਾਦਸ਼ਾਹ ਦਾ ਬੱਚੇ ਦਾ ਸਾਡੇ ਕਲਾਬ ਵਾਲੇ ਭਰਾ ਜਾਣਕਾਰੀ ਦੀ ਵਾਧਾ ਕਰਕੇ ਗਏ ਆ ਵੀ ਯਾਰ ਬਹੁਤ ਵੱਡਾ ਸਾਨੂੰ ਸਾਥ ਰਿਹਾ ਜਿਹੜੇ ਵੱਡੇ ਗੱਪ ਦੇ ਲਈ ਇੱਕ ਮਿੰਟ ਵੇਟ ਕਰਿਓ ਦਮਨ ਮਾਂਟ ਦਮਨ ਵਧੀਆ ਵੀਰੇ ਅੰਮ੍ਰਿਤ ਬਰਾੜ ਹਾਂਜੀ ਅੰਮ੍ਰਿਤ ਭਾਈ ਓਕੇ ਧੰਨਵਾਦ ਸ਼ੁਕਰੀਆ ਵੀਰੇ ਕਰੀਓ ਬੜਾ ਵੱਡਾ ਯੋਗਦਾਨ ਇਸ ਕੱਪੜੇ ਲਈ ਭਰਾਵਾਂ ਦੇ ਵੱਲੋਂ ਬਹੁਤ ਸਾਨੂੰ ਵੱਡੀ ਸਪੋਰਟ ਰਹੀ ਹੈ ਔਰ ਆਉਂਦੇ ਸਾਲ ਵੀ ਜਿਹੜੇ ਭਰਾ ਸਾਨੂੰ ਕਹਿ ਰਹੇ ਵੀ ਆਪਾਂ ਸੇਵਾ ਦੇ ਦਾਂਗੇ ਉਹਨਾਂ ਦਾ ਵੀ ਆਪਾਂ ਹਮੇਸ਼ਾ ਰਹਿਣੀ ਰਹਾਂਗੇ
ਅਗਲੇ ਟੂਰਨਾਮੈਂਟ ਦੀ ਨੀਂਹ ਜਿਹੜੀ ਭਰਾਵਾਂ ਨੇ ਹੋਣੇ ਰੱਖਦੀ ਹੈ। ਵਧੀਆ ਵਧੀਆ ਲਾਡੀ ਪੀਤਾ ਸਾਹ ਕਹਿੰਦਾ ਵੀ 51 ਲਾਡੀ ਬਈਏ ਵਾਲ ਹੋਊਗਾ। ਜੱਟਾ ਪੀਤਾ ਸਾਹ ਕਹਿੰਦਾ ਵੀ ਆਉਂਦੇ ਸਾਲ ਜਦੋਂ ਸਕੋਰ ਮੈਨੂੰ ਦੱਸ ਦੇ ਇੱਕ ਮਿੰਟ ਵੇਟ ਵੇਟ ਲਾਡੀ ਬਈਏ ਵਾਲ ਹਰ ਬਾਹਰ ਪੰਪਾ ਢਿੱਲੋਂ ਗੋਪੀ ਢਿੱਲੋਂ ਚੰਦਾ ਕਨੇਡਾ ਨਾਲ ਬਾਈ ਸੁਖਰਾਜ ਢਿੱਲੋਂ ਲਾਡੀ ਬਈਏ ਵਾਲ ਵਧੀਆ ਵਧੀਆ ਦਿੱਤਾ ਜਾਊਗਾ ਜਿੰਨਾ ਵੀ ਕਮੇਟੀਆਂ ਦੇ ਵੀ ਵੇਖਣਗੇ। ਦੂਜਾ ਪ੍ਰਾਈਜ਼ ਆ ਬੱਲੇ ਵਰਤਮਾਨ ਔਜਲਾ ਨਾਲ ਪੀਕ ਸਿਰਾ ਸਿਰਾ ਆਸਟ੍ਰੇਲੀਆ ਵਾ ਵਾ ਧੰਨਵਾਦ ਵਰਤਮਾਨ ਔਜਲਾ ਵਾ ਵਾ ਧੰਨਵਾਦ ਬਈ ਕਮੇਟੀ ਦੇ ਭਰਾਵਾਂ ਦੇ ਵੱਲੋਂ ਦਿੱਤਾ ਜਾਣਾ ਹੈ। ਖਿੱਚ ਕੇ ਖਿੱਚ ਕੇ ਜਥੇਦਾਰ ਖੁਸ਼ਪ੍ਰੀਤ ਸਿੰਘ ਜੀ ਲਾਡੀ ਨਾਲ ਸੋਖੋ ਸਰ ਵਧੀਆ ਵਧੀਆ ਵੀਰੇ ਬਾਈ ਬੰਤ ਪੁੱਤਰ ਹਰਜੀਤ ਦੱਸ ਦਿਓ ਸਕੋਰ ਇੱਕ ਮਿੰਟ 41000 ਰੁਪਏ ਦੀ ਬੰਦੀ ਸਾਹਿਬਾ ਦੀ ਹੋਊਗੀ। ਬਾਨੀ ਸਰਾਮ ਨੀਲਾ ਹਰ ਨਾਲ ਜਿੰਦਾ ਸਰਾਮ ਨੀਲਾ ਬਣੀ USA 5-0 ਅਮਰੀਕਾ ਇਹਨਾਂ ਵੀਰਾਂ ਦੇ ਵੱਲੋਂ 31000 ਰੁਪਏ ਉਧਰ 5-0 ਰਾਜੀਵ ਕਨੇਡਾ ਦਾ ਭਰਾ ਕਹਿੰਦਾ 25000 ਰੁਪਏ ਆਪਣੇ ਵੱਲੋਂ ਓਏ ਸਵਾਗਿਆ ਤੇ ਤਿੰਦਰਪਾਲ ਸਿੰਘ ਜੀ ਔਰ ਸਰਦਾਰ ਜਸਵੰਤ ਸਿੰਘ ਜੀ ਕਹਿ ਰਹੇ ਵੀ 5500 ਰੁਪਇਆ ਆਪਣੇ ਵੱਲੋਂ ਰੂਪ ਸਰਾਮ ਘਮਿਆਰਾ 5500 ਰਵਿੰਦਰ ਬਨਾਗ ਵਧੀਆ ਵਧੀਆ ਵੀਰੇ 11000 ਹਰਦੀਪ ਸਿੰਘ ਜੀ ਸਰਪੰਚ ਕਹਿੰਦੇ 2100 ਰੁਪਇਆ ਆਪਣੇ ਵੱਲੋਂ ਦਿੱਤਾ ਜਾਵੇਗਾ। ਸੋ ਮੈਂ ਬਹੁਤ ਵੱਡਾ ਧੰਨਵਾਦ ਕਰਦਾ ਸਾਡੇ ਜਿੰਨੇ ਵੀ ਸਹਿਯੋਗੀ ਸੱਜਣ ਜਿਨ੍ਹਾਂ ਨੇ ਇਸ ਤਰ੍ਹਾਂ ਦੀ ਸਾਨੂੰ ਸਾਥ ਦਿੱਤਾ ਹੈ ਔਰ ਆਉਂਦੇ ਸਾਲ ਵੀ ਕਹਿੰਦੇ ਆਪਾਂ ਕਿਸੇ ਗੱਲੋਂ ਕੋਈ ਘਾਟ ਨਹੀਂ ਛੱਡਾਂਗੇ। ਇੱਧਰ ਬਹੁਤ ਵੱਡਾ ਮੈਂ ਧੰਨਵਾਦ ਕਰਾਂਗਾ ਜਸਵਿੰਦਰ ਕਹਿੰਦੇ ਢਿੱਲੋਂ ਆਇਆ ਹੋਇਆ ਸਾਡਾ ਵੱਡਾ ਭਰਾ ਜਸਵਿੰਦਰ ਢਿੱਲੋਂ ਦੇ ਚਰਚੇ ਕਹਿੰਦੇ ਖੇਡ ਬਾਨੀਵਾਲ ਦੇ ਵਿੱਚ ਪੂਰੇ ਹੈ ਤੇ ਜਸਵਿੰਦਰ ਢਿੱਲੋਂ ਦੇ ਫਾਦਰ ਸਾਹਿਬ ਦੀ ਚਰਚਾ ਵੀ ਮੇਰੇ ਮਿੱਤਰੋਂ ਬੰਬੇ ਤੱਕ ਹੁੰਦੀ ਹੈ। ਡਰਾਈਵਰੀ ਦੇ ਵਿੱਚ ਕਹਿੰਦੇ ਨਾਮ ਬੜਾ ਵੱਡਾ ਹੈ ਸਾਡੇ ਬਹੁਤ ਸਤਿਕਾਰ ਯੋਗ ਨੇ ਔਰ ਉਹਦਾ ਡਰਾਈਵਰੀ ਦੇ ਵਿੱਚ ਘੁੱਗੀ ਉਸਤਾਦ ਦੇ ਤੌਰ ਤੇ ਦੁਨੀਆਂ ਜਾਣਦੀ ਹੈ ਬਹੁਤ ਵੱਡਾ ਦਾਮਣਾ ਖੱਟਿਆ ਹੈ ਵੀ ਚੱਲਦਾ ਟਰੱਕ ਜਿਹਦਾ ਚੈਤੋ ਸ਼ਹਿਰ ਤੋਂ ਬੱਬੇ ਤੱਕ ਬੋਲਦਾ ਰਕਾਨ ਚੱਟਦਾ ਔਰ ਝੱਲਿਆ ਗਰੀਬੀ ਵਾਲਾ ਸੇਕ ਪਿੰਡੇ ਤੇ ਰੱਬ ਨੂੰ ਭਿਆ ਕੇ ਖਾਂਦਾ ਹੱਕ ਸੱਚਦਾ ਪੁੱਛ ਲਵੀ ਕਿਸੇ ਤੋਂ ਵੀ ਨਾਮ ਉਸਦਾ ਡਰਾਈਵਰੀ ਚ ਭੁੱਖੀ ਹੈ ਉਸਤਾਦ ਕਹਿੰਦੇ ਨੇ ਤੇ ਪੁੱਤ ਦਾ ਮੁਰੱਗਾ ਜਮਾਂ ਬਾਪ ਵਰਗਾ ਔਰ ਢਿੱਲੋਂ ਜਸਵੰਦਰਾਂ ਭੁਲੇਖੇ ਪੈਂਦੇ ਨੇ ਤੇ ਮਾਰ ਕੇ ਕਲੱਚ ਤੇ ਪੱਜਾ ਪੈਰਦਾ ਟਾਪ ਗੇਰ ਪਾਉਂਦਾ ਜਦੋਂ ਕਿੱਲੀ ਨੱਪ ਗਏ ਔਰ ਰਾਣੀ ਖੇਲੇ ਦੇਖ ਲੈ ਦਲੇਰੀ ਜੱਟਦੀ ਆ ਗੱਡੀਆਂ ਦੇ ਕਾਫਲੇ ਔਰ ਜਾਂਦਾ ਜੱਟ ਗਏ ਰਾਜੇ ਖੇਲੇ ਦੇਖ ਲੈ ਦਲੇਰੀ ਜੱਟਦੀ ਆ ਗੱਡੀਆਂ ਦੇ ਕਾਫਲੇ ਔਰ ਜਾਂਦਾ ਕੱਟ ਗਏ ਕਹਿੰਦੇ ਧੁੱਕੀ ਉਸਤਾਦ ਹੋਣਾ ਦੀ ਦਲੇਰੀ ਦੀ ਸਿਫਤ ਨੇ ਰਾਜੇ ਖੇਲੇ ਨੇ ਵੀ ਕੀਤੀ ਆ ਜਿਹਦਾ ਨਵਾਂ ਪਿੰਡ ਆ ਚੋਟੀ ਦਾ ਮੈਚ ਖੇਡਿਆ ਜਾ ਰਿਹਾ ਵਾਹ ਦਿਲਸ਼ਾਦ ਸਿਰਾ ਜੱਟਾ ਬਹੁਤ ਸ਼ੁਕਰੀਆ ਮੇਰਾ ਭਰਾ ਦਿਲਸ਼ਾਦ ਤਲਵੰਡੀ ਸਿਰਾ ਯਾਰ ਬਹੁਤ ਬਹੁਤ ਧੰਨਵਾਦ ਮੈਚ ਬੜਾ ਤਕੜਾ ਸਕੋਰ ਕਿੰਨੇ ਆ ਹਰਜੀ ਪੁੱਛੀ ਮਾੜਾ ਜਿਹਾ 7-0 7 ਲਾ ਬਾ ਵੀਰੇ ਦੇਵ ਚਹਿਲ ਓ ਚਹਿਲ ਵਾਲਾ ਦੇਵ ਲਾਈਵ ਹੈ ਆਪਣੇ ਇਰਾਦੇ ਜਿਹੜੇ ਸਾਫ਼ ਕਰ ਦਿੱਤੇ ਮਿੱਤਰਾ ਇਹਦੇ ਵਿੱਚ ਕੋਈ ਸ਼ੱਕ ਨਹੀਂ ਹੁਣ ਜਿੱਤੂ ਕੌਣ ਸਿੱਖੂ ਕੌਣ
ਉਹ ਸ਼ੱਕ ਤੇ ਰਹਿਣੀ ਹੈ ਬੇਲਾ ਕੱਪਰ ਬਸ਼ੇ ਦੀ ਧਰਤੀ ਦਾ ਬਈ ਧੱਕ ਤੇ ਪੈਣੀ ਹੈ ਧੱਕ ਪਈ ਹੋਈ ਹੈ ਵੱਡੇ ਮੇਲੇ ਦੀ ਔਰ ਵੱਡੇ ਚਲਦੇ ਆ ਸਾਹਮਣੇ ਮੈਂ ਵੇਖਦਾ ਵੀ ਮੁੰਡੇ ਧਰਤ ਰਖਵਾ ਰਹੇ ਹੈ ਖੇਡ ਦੇ ਗਰਾਊਂਡ ਦੇ ਅੰਦਰ ਮੇਰੇ ਮਿੱਤਰੋ ਗੇਮ ਵੀਰੇ 17 ਦੀ 17 ਦੀ ਵਿੱਕੀ ਬਰਾੜ 17 ਦੀ ਗੇਮ ਹੈ ਵੱਡੀ ਕਹਿੰਦੇ ਲੀਡ ਬਣ ਗਈ ਹੈ ਪਹਿਲੇ 8 ਪੁਆਇੰਟ ਜੋੜਦੇ ਮੁੰਡਿਆਂ ਨੇ ਵਧੀਆ ਮੈਚ ਖੇਡਿਆ ਜਾ ਰਿਹਾ ਲੈ ਵੀ ਯਾਰ ਸੁਰੇਸ਼ ਸ਼ਾਹ ਦੇ ਮੁੰਡੇ ਲਈ ਵੀ ਤਾੜੀ ਮਾਰ ਦੋ ਯਾਰ ਜ਼ੋਰਦਾਰ ਵਧੀਆ ਬਹੁਤ ਤਾੜਾ ਖੇਡਣੀਆਂ ਦੋ ਟੀਮਾਂ ਉਧਰ ਪਣਹਾਰੀ ਵਾਲਾ ਕੰਪਿਊਟਰ ਹੈ ਆਓ ਕਹਿੰਦੇ ਬੜਾ ਲੱਬਾ ਕਹਿੰਦੇ ਤਜਰਬਾ ਹੈ ਖੇਡ ਵਾਲੀਬਾਲ ਦਾ ਵੱਡੀ ਕਹਿੰਦੇ ਮਿਹਨਤ ਕੀਤੀ ਹੋਈ ਪਣਹਾਰੀ ਵਾਲੇ ਚੋਪਰ ਦੀ ਵੀ ਸਖਮਨਦੀਪ ਬਰਾੜ ਜਦੋਂ ਬਾਬਾ ਧੰਨਵਾਦ ਸਖਮਨਦੀਪ ਤੇ ਫੇਰ ਬੰਦਾ ਕਿਸੇ ਵੀ ਫੀਲਡ ਵਿੱਚ ਪ੍ਰਪੱਖ ਹੋ ਜਾਂਦਾ ਇੱਧਰ ਕਹਿੰਦੇ ਪਣਹਾਰੀ ਵਾਲੇ ਨੂੰ ਅੱਜ ਕਹਿੰਦੇ ਦੁਨੀਆ ਐਵੇਂ ਥੋੜੀ ਕੰਪਿਊਟਰ ਕਹਿਣ ਲੱਗ ਪਈ ਹੈ ਬੜੀ ਵੱਡੀ ਮਿਹਨਤ ਕੀਤੀ ਹੋਈ ਹੈ ਪਣਹਾਰੀ ਵਾਲੇ ਕੰਪਿਊਟਰ ਦੀ ਵੀ ਬਹੁਤ ਲੰਬੀ ਕਹਿੰਦੇ ਘਾਲਣਾ ਘਾਲੀ ਹੈ ਵੀ ਰਹਿ ਕੇ ਨਸ਼ਿਆਂ ਤੋਂ ਦੂਰ ਤੇ ਘਾਲਣੀ ਪੈਂਦੀ ਹੈ ਘਾਲਣਾ ਗੁਰੂ ਸਰ ਜੋਟਾਂ ਵਾਲਿਆ ਇੱਕ ਅੱਧਾ ਨੰਬਰ ਤੇ ਹੁਣ ਤੈਨੂੰ ਵੀ ਜੋੜਨਾ ਪਊਗਾ ਉਹ ਤੇਰੇ ਤੇ ਮਾਣ ਕਰਕੇ ਮੁੰਡਿਆਂ ਨੇ ਸੱਦਿਆ ਹੋਇਆ ਵੀ ਦੁਸ਼ਮਣ ਨਾਲ ਪੱਗਾਂ ਲਈਏ ਤੇ ਤੁਰ ਕੇ ਨਾ ਢਿੱਲੇ ਪਈਏ ਔਰ ਨੱਕ ਵਿੱਚ ਦਮ ਕਰਕੇ ਰਹੀਏ ਐਵੇਂ ਕੋਈ ਲਿਆਉਂਦਾ ਨੀ ਇੱਕ ਵਾਰੀ ਲੰਗਿਆ ਦੇਣਾ ਔਰ ਮੁੜ ਕੇ ਹੱਥ ਆਉਂਦਾ ਨੀ ਇੱਕ ਵਾਰੀ ਲੰਗਿਆ ਦੇਣਾ ਮੁੜ ਕੇ ਹੱਥ ਆਉਂਦਾ ਨੀ ਇਹ ਕਹਿੰਦੇ ਸਿਆਣਿਆਂ ਦੇ ਤੱਤ ਕਹਿੰਦੇ ਹੋਏ ਹੈ ਅਸੀਂ ਗਰਾਰ ਕਰ ਗੱਲ ਅੱਠ ਤੇ ਜੀਰੋ ਦੀ ਟੱਕਰ ਹੈ ਲਓ ਸਾਹਮਣੇ ਅੱਠ ਦੇ ਤੇ ਜੀਰੋ ਦੀ ਟੱਕਰ ਹੈ ਖਾਤਾ ਮੇਰੇ ਮਿੱਤਰੋ ਹਾਲੇ ਤੱਕ ਖੁੱਲਿਆ ਨੀ ਆਓ ਬੱਲੇ ਬੱਲੇ ਕਰਵਾਉਣੀ ਪੈਣੀ ਇੱਧਰ ਨੰਬਰ ਜੋੜਨਾ ਫਿਰ ਤੇ ਅਟੈਕ ਤੇ ਮਾਰਨਾ ਹੀ ਪੈਣਾ ਉਹ ਵੀ ਚੰਗੇ ਉਸਤਾਦਾਂ ਦੇ ਚੰਡੇ ਹੋਏ ਆ ਤੇ ਉਹ ਵੀ ਰੰਗ ਰੰਗ ਦੇ ਭੇਤੀ ਆ ਤੁਹਾਡੇ ਜਦੋਂ ਜਦੋਂ ਮੈਚ ਲੱਗ ਇੱਕੋ ਮਿੰਟ ਸ਼ਿਵਾਜ ਕਰਦਾ ਰਿਪਲਾਈ ਥੋੜਾ ਜਿਹਾ ਟੈਕਨੀਕਲ ਇਸ਼ੂ ਆ ਗਿਆ ਸੀਗਾ ਨੈਟਵਰਕ ਚੱਲ ਮਾਰ ਗਿਆ ਸੀਗਾ ਧੁੰਦ ਆ ਗਈ ਨੈਟ ਘੱਟ ਗਿਆ ਇੱਕ ਜਾਵਾਂ ਨੈਟਵਰਕ ਘਟਦਾ ਵੀਰੇ ਥੋੜਾ ਜਿਹਾ ਐਡਜਸਟ ਕਰ ਲਿਓ ਡੋਂਟ ਵਰੀ ਨੈਟਵਰਕ ਮਾਰਦਾ ਮਾੜਾ ਜਿਹਾ ਛੜੱਪੇ ਸਹੀ ਚੱਲੀ ਗਿਆ ਹੁਣ ਤੱਕ ਤਾਂ ਨੈਟਵਰਕ ਛੜੱਪੇ ਜੇ ਮਾਰਦਾ ਹੱਥ ਲੱਗਣੇ ਨੀ ਚਾਹੀਦੇ ਔਰ ਦੋ ਚੀਜ਼ਾਂ ਬੰਦੇ ਨੂੰ ਨੇ ਮਾਰ ਦਿੱਤੀਆਂ ਬਈ ਪੈਰ ਤੇ ਅਸੂਲ ਕਦੇ ਛੱਡਣੇ ਨੀ ਚਾਹੀਦੇ ਦੋ ਚੀਜ਼ਾਂ ਬੰਦੇ ਨੂੰ ਕੋਈ ਗੱਲ ਨੀ ਹੋ ਜਾਣਾ ਸੈੱਟ ਪੈਰ ਤੇ ਅਸੂਲ ਮਾੜਾ ਮੋਟਾ ਵਿੱਚ ਕਈ ਹੋ ਜਾਂਦਾ ਪ੍ਰੋਬਲਮ ਆ ਜਾਂਦੀ ਘਰੇ ਘਟੀ ਹੀ ਜਾਂਦਾ ਨੈਟਵਰਕ ਘਟ ਗਿਆ ਨਾ ਨੈਟਵਰਕ ਇੱਧਰ ਵੀ ਘਟ ਗਿਆ ਮਗਰੋਂ ਹੀ ਆ ਵੀਰੇ ਸਾਰਿਆਂ ਦੇ ਘਟਿਆ ਨੈਟਵਰਕ ਆਪਣਾ ਇਕੱਲੇ ਤਾਂ ਨੀ ਸਾਰਿਆਂ ਦੇ ਘਟ ਗਿਆ ਨੈਟਵਰਕ
ਮੈਂ ਕੋਈ ਨਹੀਂ ਵੀਰੇ ਹੋ ਜਾਣਾ ਸੈੱਟ, ਕੋਈ ਚੱਕਰ ਨਹੀਂ, ਵੇਟ ਕਰੋ ਮਾੜਾ ਜਿਹਾ, ਮਾੜਾ ਮੋਟਾ ਕੋਈ ਪ੍ਰੋਬਲਮ ਆ ਮਗਰੋਂ ਨੈਟਵਰਕ ਦੇ ਇਸ਼ੂ ਹੈ, ਕੋਈ ਚੱਕਰ ਨਹੀਂ, ਸਾਰਿਆਂ ਦੇ ਘਟੂਗਾ ਜੇ ਆਪਣਾ ਘਟਿਆ ਨਾ ਸਾਰਿਆਂ ਦੇ ਘਟੂਗਾ, ਘਟਦਾ ਨਾ ਇੱਧਰ ਵੀ ਆ ਧੁੰਦ ਆ ਗਈ ਉਹਦੇ ਕਰਕੇ ਫਰਕ ਪੈ ਜਾਂਦਾ ਕਈ ਵਾਰੀ, ਵੇਟ ਕਰੋ ਮਾੜਾ ਜਿਹਾ ਕੋਈ ਚੱਕਰ ਨਾ, ਖਿੱਚ ਕੇ ਲੈ ਜਾਂਦੀ ਰੇਂਜ, ਕੋਈ ਸ਼ੱਕ ਨਹੀਂ ਇਸ ਗੱਲ ਦੇ ਵਿੱਚ, ਨਹੀਂ ਆਪਾਂ ਬਦਲ ਦਾਂਗੇ ਫਿਰ ਕਾਟਾ ਚੇਂਜ ਕਰ ਦਾਂਗੇ ਆਪਾਂ, ਬੜਾ ਮੌਸਮ ਬੜਾ ਖਰਾਬ ਹੋ ਗਿਆ ਵੀਰੇ, ਇੱਕ ਦਮ ਯਾਰ ਮਿੱਤਰਾਂ ਨੂੰ ਸਭ ਖਬਰਾਂ, ਹਾਂਜੀ ਹਾਂਜੀ ਵੀਰੇ ਖਿੱਚ ਲਿਆ ਖਿੱਚ ਲਿਆ ਵੀਰੇ, ਸੋਰੀ ਵੀਰੇ ਇਹਦੇ ਲਈ ਸੋਰੀ, ਖਿੱਚੋ ਖਿੱਚੋ ਕੰਮ ਨੂੰ ਕਰੋ ਕਰਾ ਸ਼ੇਰ, ਧੁੰਦ ਵੀਰ ਮੌਸਮ ਦਾ ਨੈਟਵਰਕ ਜਮਾਂ ਹੀ ਡਾਊਨ ਹੋ ਗਿਆ ਸਰ, ਕੋਈ ਗੱਲ ਨਹੀਂ ਕਰੋ ਐਡਜਸਟ ਮੇਰੇ ਭਰਾ, ਵੱਧ ਜਾਣਾ ਕਰਨੇ ਬਦਲਿਆ ਕਰਾ, ਹੁਣ ਆਪਾਂ ਚੇਂਜ ਕੀਤਾ ਆਪਾਂ ਜੇ ਸੈੱਟ ਰਵੇ ਤਾਂ ਚੇਂਜ ਕੀਤਾ ਵੀਰੇ, ਧੰਨਵਾਦ ਸੋਰੀ ਬਰੋ, ਕੋਈ ਗੱਲ ਨਹੀਂ ਹੋ ਜਾਣਾ ਸੈੱਟ, ਮੌਸਮ ਬੜਾ ਖਰਾਬ ਹੋ ਗਿਆ, ਨਹੀਂ ਤਾਂ ਫਿਰ ਬਦਲ ਲਾਂਗੇ ਆਪਾਂ ਕੋਈ ਨਾ, ਟੈਕਨੀਕਲ ਹਾਂਜੀ ਖਿੱਚ ਕੇ ਸ਼ੇਅਰ ਕਰ ਦਿਓ ਵੀਰੇ, ਡੋਂਟ ਵਰੀ, ਖਿੱਚੋ ਕੰਮ ਨੂੰ ਮੁੰਡਿਓ, ਸੈੱਟ ਆ ਨਾ ਹੁਣ, ਸ਼ਬਾਸ਼ ਧੰਨਵਾਦ ਨੈਟਵਰਕ ਉਹ ਤਾਂ 8-0 ਹੈ ਵੀਰੇ, ਉਧਰ 8 ਪੁਆਇੰਟ ਆ ਬਨਿਆਰੀ ਦੇ, ਇਧਰ 0 ਹਾਂ ਵੀਰੇ, ਇੱਕ ਨਵੀਂ ਨੈਟ ਡਾਊਨ ਹੋ ਗਿਆ ਬਈ, ਪੰਜਾਬ ਦੀਆਂ ਟੀਮਾਂ ਦਾ ਬੰਦਾ ਸੰਗਾ ਬੜਾ ਵਧੀਆ ਚੱਲਦਾ ਡੰਬਰ ਨਾਵਾਂ ਦਾ ਲਈ ਬੜੀ ਵੱਡੀ ਚੁਣੌਤੀ ਬਣਿਆ, ਤਕਰੀਬਨ ਵਧੀਆ ਹੀ ਚੱਲਿਆ, ਪੂਰਾ ਵਧੀਆ ਹੀ ਚੱਲਿਆ, ਪਹਿਲੇ ਵੀ ਭਾਵ ਦੇ ਵਿੱਚ ਨੇ ਬੰਦੇ ਹੁੰਦੀ ਆ ਸਰਵ ਚੇਂਜ ਦੇ ਜਾਂ ਨੰਬਰ ਲੱਗ ਜਾਣਾ ਨੋਵਾ, ਕਿਹਦੀ ਕਹਿੰਦੇ ਰੰਗ ਨੇ ਫੈਸਲੇ ਕਰਦੇ ਆ ਵੀ ਸਮੇਂ ਜਿਹਾ ਬਲਵਾਨ ਤੇ ਨਾ ਭਲਵਾਨ ਕੋਈ ਆ, ਕੋਈ ਚੱਕਰ ਨਾ ਮੰਨੋ, ਬੰਦਿਆਂ ਬੰਦਿਆਂ ਦੀ ਕੱਟ ਲਾ ਦਿੰਦਾ ਤੇ ਹਿੰਮਤ ਕਰਕੇ ਦੇਖਦਾ ਜੇ ਗੱਲ ਬਣ ਜਾਵੇ ਅੱਗੇ ਵਧਣ ਲਈ ਕੌਣ ਕਿਸੇ ਨੂੰ ਰਾਹ ਦਿੰਦਾ, ਆਓ ਬਾਕੀ ਦੁੱਖ ਦੇ ਸੱਜਣਾ ਸਾਰੇ ਹੱਸ ਕੇ ਗਰ ਜਾਈਏ, ਪਰ ਸ਼ੁਕਰੀਆ ਥੈਂਕ ਯੂ, 9-0 ਸਾਈਡਾ ਚੇਂਜ, 9 ਲਵ ਬੰਦਿਆਂ ਦੀ ਕੱਟ ਲਾ ਦਿੰਦਾ ਹੈ, ਕਹਿੰਦੀ ਸਾਈਡਾਂ ਚੇਂਜ ਆ ਦਰਸ਼ਾਦ ਛੋਟਾ ਵੀਰ ਜਾ ਵਸਿਆ ਕਨੇਡਾ ਦੇ ਵਿੱਚ, ਕਾਸੂ ਬੇਗੂ ਵਾਲਾ ਕਹਿੰਦੇ ਸ਼ਹਿਬਾਜ ਔਲਫ ਵੀ ਅਜੇ ਵੱਡੇ ਕੱਪ ਦੇ ਨਾਲ ਜੁੜਿਆ ਹੋਇਆ ਹੈ, ਬਹੁਤ ਵੱਡਾ ਮੈਂ ਧੰਨਵਾਦ ਕਰਾਂਗਾ ਸ਼ਹਿਬਾਜ ਔਲਫ ਵੀ, 9-0 ਜੀ ਇਸ ਖੇਡ ਟੂਰਨਾਮੈਂਟ ਦੇ ਨਾਲ ਜੁੜਿਆ, ਓਕੇ ਕਰਦੇ ਵਰਕ, ਕਾਸੂ ਬੇਗੂ ਵਾਲਿਆ ਵੇਖ ਲਾ ਤਕਰੀਬਨ ਘੰਟਾ ਹੋ ਗਿਆ ਮੈਚ ਚੱਲਣ ਨੂੰ ਤੇ ਹਾਲੇ ਸਾਡਾ ਗੇਨ ਫੋਰ ਹੋ ਗਿਆ 9-0 ਦੀ ਟੱਕਰ, 9-0 ਦੀ ਟੱਕਰ ਪੜਿਆਰੀ, ਔਰ ਦੂਜੇ ਪਾਸੇ ਹਲੇ ਖਾਤਾ ਨਹੀਂ ਖੁੱਲਿਆ ਜੀ, ਧੰਨਵਾਦ ਜੀ, ਚੰਦੀ ਵਾਲੀ
ਨੌ ਬਣਿਆਰੀ ਉਧਰ ਇਹ ਖਾਤਾ ਨਹੀਂ ਖੁੱਲਿਆ ਵੀਰੇ ਘੱਟਾਂ ਵਾਲੀ ਦਾ ਨਾ ਹੀ ਲਾਭ ਨੱਪਿਓ ਨੱਪਿਓ ਕੰਮ ਨੂੰ ਮੁੰਡਿਓ ਸ਼ੇਅਰ ਕਰਿਓ ਕਰਨਦੀਪ ਫਰੋਸ਼ਾ ਬਹੁਤ ਧੰਨਵਾਦ ਕਰਨਦੀਪ ਨੈਟਮੈਨ ਮੁੰਡਾ ਕਰਨਦੀਪ ਫਰੋਸ਼ਾ ਵਾਲਾ ਲਾਈਵ ਜੁੜਿਆ ਬਹੁਤ ਬਹੁਤ ਧੰਨਵਾਦ ਹਾਂਜੀ 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 ਕਰੀਓ ਕਰੀਓ ਸ਼ੇਅਰ ਕਰਿਓ ਮੁੰਡਿਓ ਖਿੱਚ ਕੇ ਨੌ ਤੇ ਜੀਰੋ ਸਤਾਰਾਂ ਪੁਆਇੰਟਾਂ ਦਾ ਮੈਚ ਹੈ ਉਧਰ ਫਤਿਹਗੜ੍ਹੀਆ ਬਬਲੂ ਵੀ ਆ ਗਿਆ ਲਾਈਵ ਤੇ ਗੁਰਦੀਪ ਗਿੱਲ ਭਾਈ ਲਾਈਵ ਤੇ ਜੁੜੇ ਬੈਠੇ ਨਵਜੋਤ ਕੈਲਗਰੀ ਬਹੁਤ ਬਹੁਤ ਧੰਨਵਾਦ ਨਵਜੋਤ ਥੈਂਕ ਯੂ ਧੰਨਵਾਦ ਮੈਂ ਕਰਾਂਗਾ ਸ਼ਹਿਰੀ ਔਰ ਨਗ ਹੋਣੀ ਭਰਾ ਦੇ ਬਹੁਤ ਧੰਨਵਾਦ ਜਿਨ੍ਹਾਂ ਨੇ ਕਹਿੰਦੇ ਪਿੰਡ ਦੀ ਕਾਸਕੋ ਕ੍ਰਿਕਟ ਦੀ ਟੀਮ ਨੂੰ ਕਹਿੰਦੇ ਸਪੌਂਸਰ ਕੀਤਾ ਵੱਡੇ ਥਾਪੜੇ ਵੀਰਾਂ ਦੇ ਤੇ ਕਹਿੰਦੇ ਵਾਲੀਬਾਲ ਦੇ ਖਿਡਾਰੀਆਂ ਦੇ ਵੀ ਬੜਾ ਮੁਹੀ ਪਾਰ ਕਰਦੇ ਭਰਾ ਸਾਡੇ ਨਗ ਹੋਣੀ ਉਹ ਵੀ ਕਹਿੰਦੇ ਲਾਈਵ ਤੇ ਆ ਗਿਆ ਪਰ ਆ ਮੈਚ ਨੌ ਤੇ ਜੀਰੋ ਦੇ ਮੁਕਾਬਲੇ ਨਾਲ ਔਕਾ ਦੇ ਫਰਕ ਦੇ ਨਾਲ ਖੇਡਿਆ ਜਾ ਰਿਹਾ ਹੈ ਪਰ ਨੰਬਰ ਦੇਖਾਂਗੇ ਦਸਵਾਂ ਹੁਣ ਸੁਰਿੰਦਰ ਸੰਧੂ ਬਹੁਤ ਬਹੁਤ ਧੰਨਵਾਦ ਸੁਰਿੰਦਰ ਭਾਈ ਵਾਦੇਗਾ ਮੇਰੇ ਵਿੱਚੋਂ ਐਲਕ ਸਲੀਮ ਸ਼ਾਹ ਵਾਲਿਆ ਫਰਦਾ ਤਿਆਰੀ ਹੈ ਪਾਣੀ ਮੈਨੂੰ ਸਿਰ ਤੋਂ ਲੰਘਦਾ ਲੱਗਦਾ ਆਓ ਪਾਣੀ ਮੈਨੂੰ ਸਿਰ ਤੋਂ ਲੰਘਦਾ ਲੱਗਦਾ ਲੋਕਾਂ ਫੇਰ ਗੱਲਾਂ ਕਰਦੀਆਂ ਵੀ ਯਾਰ ਹਾਂ ਕੋਈ ਬਾਕੀ ਮੁੰਡਾ ਕੋਚ ਫਾਈਟਰ ਹੈ ਖੇਡ ਵਾਲੀਬਾਲ ਦਾ ਜਾਂ ਮੈਚ ਹੁਣ ਇੱਥੋਂ ਜਿੱਤ ਕੇ ਦਿਖਾਵੀ ਵੀ ਸੂਰਜ ਤਾਂ ਰਹਿੰਦੇ ਯਾਰ ਰੋਜ਼ ਢਲਦੇ ਆ ਪਰ ਸੂਰਜ ਜੋ ਆਪਣੀ ਹੀ ਚਾਲ ਚੱਲਦੇ ਆ ਆਓ ਕੁਝ ਵੱਖਰਾ ਕਰਾਂਗੇ ਇਸ ਜੱਗ ਤੋਂ ਬਾਕੀ ਯੋਧਿਆਂ ਦੀ ਵੱਖਰੀ ਜਮਾਤ ਹੁੰਦੀ ਆ ਤੇ ਗੱਲਾਂ ਵੀ ਉਹਨਾਂ ਦੀ ਹੀ ਹੁੰਦੀਆਂ ਲਗਾਤਾਰ ਲਾਉਣੀਆਂ ਪੈਣਗੀਆਂ ਨਾ ਜੀਰੋ ਨਾ ਲਵ ਧੰਨਵਾਦ ਧੰਨਵਾਦ ਸੁਰਿੰਦਰ ਸੰਧੂ ਬਾਬਾ ਧੰਨਵਾਦ ਗੁਰਸਿਮਰਨ ਬਿੱਲੂ ਪੰਡੋਰੀ ਆਓ ਬੱਲੇ ਪੰਡੋਰੀ ਵਾਲੇ ਆਓ ਕਿਵੇਂ ਜੱਟਾ ਆਓ ਪੰਡੋਰੀ ਵਾਲਿਆ ਪੰਡੋਰੀ ਵਾਲਾ ਬੰਬ ਗੁਰਜੈਤ ਮਿਤਾਨਾ ਸਾਡਾ ਵੀਰ ਵਸਦਾ ਕੈਨੇਡਾ ਦੇ ਵਿੱਚ ਉਹ ਵੀ ਲਾਈਵ ਤੱਕ ਦਾ ਭਰਾ ਹਾਰ ਜੇ ਵਧਾਈਆਂ ਵਾਲਾ ਰਿੰਕੂ ਫਾਈਨਲ ਜਿੱਤੇ ਬਾਬਾ ਧੰਨਵਾਦ ਬੱਲ ਪਕੜ ਦੇ ਟੂਰਨਾਮੈਂਟ ਕੰਮ ਨੂੰ ਸਨਮਾਨ ਕੀਤਾ ਜਾਊਗਾ ਬੰਬ ਆ ਗਿਆ ਆਓ ਬੰਬ ਆ ਗਿਆ ਪੰਡੋਰੀ ਵਾਲਾ ਬੰਬ ਆ ਗਿਆ ਧੰਨਵਾਦ ਹੋਰ ਬਿੱਲੂ ਭਾਈ ਕਿਵੇਂ ਚੱਲੀ ਜਾਂਦੇ ਕੰਮ ਕਾਰ ਸੁਣਿਆ ਵੀਰਾ ਕਦੋਂ ਮਾਰਨਾ ਪੰਜਾਬ ਗੇੜਾ ਫਿਰ ਸੁਰਿੰਦਰ ਸੰਧੂ
ਧੰਨਵਾਦ ਧੰਨਵਾਦ ਇੰਦਰ ਲੱਦਰ, ਜਸ਼ਨ ਸ਼ਰਮਾ, ਪ੍ਰਦੀਪ ਫਰਾਂਸ, ਹੱਸਿਆ ਬਿੱਲੂ, ਸਹੀ ਹੈ ਸਹੀ ਹੈ ਬਿੱਲੂ, ਤੇਰਾ ਹਾਸਾ ਜਾਇਆ ਜਾ ਸਕਿਆ ਵੀਰਾ, ਲਵ ਯੂ ਹੈ ਤੈਨੂੰ ਬਹੁਤ, ਟਰੱਕ ਭਰ ਕੇ ਹਾਂ, ਤੈਨੂੰ ਕੱਲ੍ਹ ਨੂੰ ਗੁਲਾਬ ਦਾ ਫੁੱਲ ਵੀ ਫੜਾਉਣਗੇ ਮੁੰਡੇ, ਵੈਲੰਟਾਈਨ ਡੇ ਆ ਗਿਆ ਹੈ। ਟੀਮਾਂ ਦਾ ਪਿਆ ਹੋਇਆ ਵੀ ਕੰਨੇ ਦੀ ਉਹ ਪੰਦਰੀ ਫੜਾਉਣਾ ਜ਼ਿੰਦਗੀ ਦਾ ਬਾਹਣਾ ਭਰਾ ਸਾਡਾ, ਉਹ ਵੀ ਕਦੇ ਲਾਈਨ ਤੇ ਆ ਗਿਆ ਪਈ ਵਾਲੀ, ਕਦੇ ਲਾਡੀ ਵੀ ਤੱਕਦਾ, ਔਰ ਕਦੇ ਮੇਰੇ ਮਿੱਤਰ ਅੱਜ ਖੰਡੇਰਾ ਦੀ ਧਰਤੀ ਤੇ ਵੀ ਵੱਡਾ ਕੱਪ ਖੇਡਿਆ ਜਾਣਾ ਕੱਚੀ ਦਾ, ਤੇ ਅੱਜ ਕਹਿੰਦੇ ਫਰੀਦ ਫੁਲਾਰੇ ਭਰਾ ਕਹਿੰਦੇ ਵੀ ਮੇਲਾ ਆਪਣੇ ਹੈ, ਉਹ ਕਦੇ ਚੋਟੀ ਦਾ ਬੀੜ ਵਾਲਾ ਕੱਪ ਹੁੰਦਾ ਫਰੀਦਪੁਰ ਦੀ ਧਰਤੀ ਦੇ ਗੁਰਦੁਆਰਾ ਜਾਮਣੀ ਸਾਹਿਬ ਪੂਰੀ ਕਹਿੰਦੇ ਦੁਨੀਆਂ ਭਰ ਦੇ ਵਿੱਚ ਪ੍ਰਸਿੱਧ ਹੈ, ਤੇ ਉਧਰ ਗੰਗੋਰਾ ਪਿੰਡ ਕਹਿੰਦੇ ਜਿਲ੍ਹੇ ਪਰਨਾਲੇ ਦਾ ਬਹਿਲ ਕਹਿੰਦੇ ਲਾਗੇ ਕਰਕੇ ਬਹਿਲ ਖੁਰਦੇ ਲਾਗੇ ਕਰਕੇ ਕਹਿੰਦੇ ਇੱਕ ਪ੍ਰਸਿੱਧ ਪਿੰਡ ਹੈ ਖੇਡ ਵਾਲੀਬਾਲ ਦਾ, ਸਰਦੇ ਹੋਣੀ ਕਹਿੰਦੇ ਵੀ ਅੱਜ ਦੇ ਸਾਰੀ ਕੱਚੀ ਦੀ ਕਰੀਮ ਸੰਦਰੀ ਹੈ, ਰਾਜਸਥਾਨ ਦਿੱਲੀ ਯੂਪੀ ਜਿੱਥੇ ਜਿੱਥੇ ਕੱਚੀ ਖੇਡਦੇ ਮੁੰਡੇ ਦੇ ਪਲੇਅਰ ਕਹਿੰਦੇ ਉੱਥੋਂ ਸੰਦੀ ਬੈਠੇ ਹੈ, ਉਹ ਕਹਿੰਦੇ ਟੌਪ ਦਾ ਕੱਪ ਹੋਊਗਾ, ਤੇ ਨਾਲ 15 ਨੂੰ ਕਹਿੰਦੇ ਰੌਣਕਾ ਜਿਹੜੇ ਮਾਨਸਾ ਦੇ ਵਿੱਚ ਲੱਗਣ ਗਿਆ ਮੇਲੇ ਦਾ ਵੱਡਾ ਮੇਲਾ ਹੈ, 16 ਨੂੰ ਕਹਿੰਦੇ ਜਲਾਲੀਵਾਲ, 17 ਤਰੀਕ ਕੱਟੂ ਦੇ ਵੱਡੇ ਕੱਪ ਦੀ ਹੋਊਗੀ, 18 ਤਰੀਕ ਦੌਲਦੀ ਮੀਂਹ ਦਾ ਮੇਲਾ ਹੈ, ਤੇ 18 ਨੂੰ ਕਹਿੰਦੇ ਝੰਬਟ ਕੱਚੀ ਚ ਪੜਾਕੇ ਪੈਣਗੇ, ਉਸ ਤੋਂ ਬਾਅਦ ਰੌਣਕਾ ਲੱਗਣ ਗਿਆ ਮੇਰੇ ਮਿੱਤਰੋ, 20 ਤਰੀਕ ਕਹਿੰਦੇ ਮੱਤ ਦਾਦੂ ਦੇ ਵੱਡੇ ਕੱਪ ਦੀ ਹੈ, 21 ਨੂੰ ਆਲਮਾਲਾ, 21 ਤਰੀਕ ਆਲਮਾਲਾ ਸਾਡੇ ਪ੍ਰਾਣੇ ਦੇ ਲਾਗੇ ਕਰਕੇ, 22 ਤਰੀਕ ਪੀਲੇ ਦੇ ਵੱਡੇ ਕੱਪ ਦੀ ਹੈ, 21 ਲਈ ਕਹਿੰਦੇ ਫਤਿਹਪੁਰ ਰੌਣਕਾ ਲੱਗਣ ਗਿਆ, ਤਾਰੇ ਦਰ ਨੰਬਰ ਪਹਿਲਾ 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 ਨੰਬਰ 1919 ਬਿਲਕੁਲ ਬਿਲਕੁਲ ਬਿੱਲੂ ਬਨੋਰੀ, ਸਹੀ ਗੱਲ ਹੈ ਬਿੱਲੂ ਬਾਈ, ਅਮਨ ਠਾਕਰ ਬਾਬਾ ਧੰਨਵਾਦ, ਬਹੁਤ ਧੰਨਵਾਦ ਵੀਰੇ, ਬਿੱਲੂ ਖੇਡਦੇ ਹੁੰਦੇ ਇੱਥੇ ਕਿ ਨਹੀਂ ਖੇਡਦੇ, ਗੇਮ ਲਾਉਣੇ ਹੁੰਦੇ ਬਿੱਲੂ ਕਿ ਨਹੀਂ, ਬਬਲੂ ਕਿਵੇਂ ਆ ਖੜੱਪੇ, ਧੰਨਵਾਦ ਧੰਨਵਾਦ ਉਹਦੇ ਲਈ ਮਾਨ ਸਨਮਾਨ ਨਾਚ
ਨੱਚੇਗੀ, ਓ ਨਗ ਨੱਚੇਗੀ ਝੂਮ ਝੂਮ ਕੇ ਮੈਨੂੰ ਨਗ ਨੱਚੇਗੀ ਬਸੰਤੀ, ਕਿਆ ਗੱਬਰ ਵੀ ਨੱਚੇਗਾ ਗੁਰਪਿੰਦਰ ਗਿੱਲ ਉਧਰ ਇੱਕ ਪੁਆਇੰਟ ਘੱਟਿਆਂ ਵਾਲੀ, ਇੱਧਰ ਨੌ ਪੁਆਇੰਟ ਬਨਿਆਰੀ ਦੇ ਗੁਰਪਿੰਦਰ ਪੁਆਇੰਟ ਕਰ ਦਿਓ ਵੀਰੇ, 19 ਲਿਖ ਦਿਓ ਕੋਈ ਜਣਾ। ਜਸ਼ਨ ਸ਼ਰਮਾ ਥੈਂਕ ਯੂ, ਥੈਂਕ ਯੂ ਜਸ਼ਨ ਸ਼ਰਮਾ, ਬਾਈ ਮਸਲੇ ਗੰਭੀਰ ਬਣ ਗਏ ਮੁੰਡਿਓ, ਸੋਰੀ 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 ਵੈਰੀ ਸੋਰੀ ਬ੍ਰੋ, ਆ ਕੀ ਹੋ ਗਿਆ ਸੀ ਇਧਰਲਾ ਕੈਮਰਾ ਆਨ ਹੋ ਗਿਆ ਸੀ, ਹੈਗੇ ਬਈ ਅਸੀਂ ਹੈਗੇ ਆ। ਅੱਛਾ ਓਕੇ ਓਕੇ ਰਮਨ ਪਾਸਵਾ ਵਧੀਆ ਵਧੀਆ ਵੀਰੇ, ਸਹੀ ਗੱਲ ਆ ਸਹੀ ਗੱਲ ਆ ਮਨਪ੍ਰੀਤ, 3-9 ਹੀ ਹੈ ਨਾ, 3-9 ਔਰ ਚੌਥਾ ਵੀ ਜੁੜੂਗਾ ਫੇਰ ਜੇ ਅਟੈਕ ਹੋਊਗਾ, ਚੌਥਾ ਜੁੜਦਾ ਕਿਸੇ ਗੱਲ ਦੇ ਨਾਲ 9-3 ਬਾਹਰ ਜਿਹੜੀ ਆਊਟ ਹੈ, 9-3 ਵੀ ਟੱਕਰ ਹੈ, ਦੋਨੋਂ ਟੀਮਾਂ ਦੇ ਵਿੱਚ ਖਿਡਾਰੀ ਕਦੇ ਚੋਟੀ ਤੇ ਖੇਡ ਰਹੇ ਹੈ, ਉਹ ਪਣਿਆਰੀ ਵਾਲਾ ਸਮਝਾਉਂਦਾ ਹੈ ਵੀ ਐ ਨੀ ਫੁੱਟਦੇ ਐ ਕਰਨਾ ਪੈਣਾ। ਨੌ ਤੇ ਤਿੰਨ ਨੰਬਰ 10 ਨਾਲ ਜੋੜਨ ਦੇ ਲਈ ਮੁੰਡੇ ਤਿਆਰ ਨੇ, ਤਿੰਨ 9 ਵੀਰੇ 9-3 ਸਰਵਿਸ ਚੇਂਜ ਭੁਨਿਆਰੀ ਦੀ ਸਰਵਿਸ 9-3
ਸਹੀ ਗੱਲ ਆ, ਸਹੀ ਗੱਲ ਆ ਮਨਪ੍ਰੀਤ। ਹਾਂਜੀ ਹਾਂਜੀ ਵੀਰੇ, ਮਿੰਟ ਪੜੀ ਜਾਂਦੇ ਮੇਰੇ ਵੀਰ ਸੁਣਿਆ, ਜਸ਼ਨ ਸ਼ਰਮਾ ਧੰਨਵਾਦ, ਸੁਰਿੰਦਰ ਸੰਧੂ ਸੰਧੂ ਸਾਹਿਬ ਧੰਨਵਾਦ ਤੁਹਾਡਾ, ਮੰਤਰੀ ਕੈਨੇਡਾ ਸ਼ੁਕਰੀਆ, ਸੰਧੂ ਸਾਹਿਬ ਥੈਂਕ ਯੂ, ਤੁਹਾਡਾ ਦੇਣ ਕਿੱਥੇ ਦੇਵਾਂਗੇ ਅਸੀਂ, ਹੈਂ ਸ਼ੁਕਰੀਆ, ਧੰਨਵਾਦ ਧੰਨਵਾਦ। ਨੌ ਤਨਾ ਜੀ ਸੰਧੂ ਸਾਹਿਬ ਤਾਂ ਸੰਧੂ ਸਾਹਿਬ ਹੀ ਆ, ਆਓ ਬੱਲੇ ਆਓ, ਰਾਜਪਾਲ ਪਾਗੜੀ, ਰਾਜਪਾਲ ਪਾਗੜੀ ਭਾਵ ਦੇ ਵਿੱਚ ਆ ਮੁੰਡੇ ਕਿਹੜੇ ਗਰਾਊਂਡ ਦੇ ਵਿੱਚ, ਔਰ 9 ਤੋਂ 10 ਹੁਣ ਕਿਹੜਾ ਗੱਭਰੂ ਕਰਦਾ, ਜਦ ਸਰਵਰ ਚੇਂਜ ਹੋ ਕੇ ਉਧਰ 3 ਤੋਂ 4 ਹੋਣਗੇ, ਇੱਥੇ ਬਾਤਾਂ ਮਿੱਤਰਾਂ ਸਾਰੇ ਦੀਆਂ ਹੋਣਗੀਆਂ, ਬੜਾ ਵਧੀਆ ਮੈਚ ਖੇਡਿਆ ਜਾ ਰਿਹਾ, ਟੀਮਾਂ ਮੇਰੇ ਮਿੱਤਰੋਂ ਵੱਡੀਆਂ ਨੇ ਖੇਡਦੇ ਗਰਾਊਂਡ ਦੇ ਵਿੱਚ, ਉਧਰ ਕਹਿੰਦੇ 10-3 ਨੇ ਗਲਤੀ ਵੱਡੀ ਕਰ ਦਿੱਤੀ ਹੈ, ਨੰਬਰ 10-3 10ਵਾਂ ਆਪਣੀ ਟੀਮ ਦੇ ਲਈ, ਔਰ ਗੱਭਰੂ ਨੇ ਜੋੜ ਦਿੱਤਾ, ਨੌਜਵਾਨ ਸਿਰੇ ਦੀ ਖੇਡ ਹੈ, ਔਰ ਮੈਂ ਵੇਖਦਾ ਵੀ ਮੁੰਡੇ ਚੁੱਟੀ ਦੇ ਵੱਲ ਪੁੱਜੇ ਹੋਏ ਹੈ, ਅੱਜ ਦੇ ਇਸ ਵੱਡੇ ਕੱਪ ਦੇ ਉੱਤੇ ਪੂਰੀ ਦੁਨੀਆ ਭਰ ਦੇ ਵਿੱਚ ਵਾਲੀਬਾਲ ਮੀਡੀਅਮ ਦੇ ਵੱਡੇ ਵੱਡੇ ਸਟਾਰ ਆਏ, ਔਰ ਆਹ 2 ਟੀਮਾਂ ਮੇਰੇ ਮਿੱਤਰੋਂ ਫਾਈਨਲ ਖੇਡ ਰਹੀਆਂ ਨੇ, 64 ਟੀਮਾਂ ਨੇ ਭਾਗ ਲਿਆ, ਤੇ ਮਿੱਤਰਾ ਗੱਲਬਾਤ ਜਿਹੜੀ ਟਿਕਾਣੀ ਲੱਗੀ, ਵੱਡਾ ਮੇਲਾ ਕੱਪਰ ਵਸ਼ੇ ਦੀ ਧਰਤੀ ਦੇ ਉੱਤੇ ਸਾਰੀ ਉਮਰ ਯਾਦ ਹੀ ਰਹਿਣਾ, ਵੀ ਮਿੱਤਰਾ ਮੇਲਾ ਕਿਸੇ ਟਾਈਮ ਉੱਥੇ ਵੀ ਬੋਲ ਕੇ ਆਏ ਹੈ, ਔਰ ਅੱਜ ਮੇਰੇ ਮਿੱਤਰੋ ਰੌਣਕਾਂ ਲੱਗੀਆਂ ਹੋਈਆਂ ਨੇ, ਤੇ ਮੈਚ ਕਹਿੰਦੇ ਉਹ ਜਾਤਾਂ ਛੱਡਦੇ ਜਾ ਰਹੇ ਹੈ, ਸਿਰੇ ਦਾ ਮੈਚ ਖੇਡਿਆ ਜਾ ਰਿਹਾ ਹੈ, ਸਾਧੂ ਸੰਤਾਂ ਗੁਰੂ ਅਮਰ ਬਰਾੜ ਰਿਸ਼ੀਆਂ ਮੁੰਡੀਆਂ ਬਹੁਤ ਧੰਨਵਾਦ ਬਰਾੜਾ, ਸਿੱਧਾਂ ਦੀ ਧਰਤੀ ਧੰਨਵਾਦ ਧੰਨਵਾਦ ਜੱਟਾ, ਅੱਜ ਕੱਲ੍ਹ ਅਮਰ ਬਰਾੜ ਯੂਐਸਏ ਇੱਕ ਵੱਡਾ ਪਿੰਡ ਹੈ, ਇਤਿਹਾਸ ਬਹੁਤ ਔਰ ਵੱਡੀ ਕਹਿੰਦੇ ਤਪੱਸਿਆ ਹੋਈ ਹੈ ਇਸ ਧਰਤੀ ਦੇ ਉੱਤੇ, ਵੀ ਸਾਧੂ ਰਹਿੰਦੇ ਜੱਗ ਤੇ, ਔਰ ਪਗਾਨੇ ਬਣ ਕੇ ਮੁੰਡੇ ਹੀਰਿਆਂ ਤੋਂ ਮਹਿੰਗੇ ਰਹਿੰਦੇ ਆਨੇ ਬਣ ਕੇ, ਸਾਧੂ ਸੰਤਾਂ ਦੀ ਧਰਤੀ ਹੈ, ਇੱਧਰ 10-11 ਉਹ ਮੇਰੇ ਸੁਰਿੰਦਰ ਭਾਈ ਜਾਂ ਨਹੀਂ ਬਾਤ ਪਾ ਦੇਣੀ ਹੈ, ਉਧਰ ਮੁੰਡੇ 3 ਦੇ ਉੱਤੇ ਹੀ ਖੜੇ ਆ, ਪਰ ਇੱਧਰ 10-11 ਕਰਨ ਲਈ ਉਹ ਮੁੰਡੇ ਪੂਰੀ ਤਿਆਰੀ ਦੇ ਵਿੱਚ ਆ ਮੇਰੇ ਮਿੱਤਰੋ, ਖੇਡਦੇ ਗਰਾਊਂਡ ਦੇ ਵਿੱਚ ਸੋਹਣਾ ਮੈਚ ਜਿਹੜਾ ਗਰਾਊਂਡ ਦੇ ਅੰਦਰ ਦੇਖਣ ਆ ਜਾਂਦਾ, ਮੁੰਡੇ ਬੱਲੇ ਬੱਲੇ ਕਰਵਾ ਰਹੇ ਨੇ, ਇੱਧਰ ਪਨਿਹਾਰੀ ਦੀ ਟੀਮ ਹੈ, ਇਹਨਾਂ ਖਿਡਾਰੀਆਂ ਨੇ ਵੀ ਜਿਹੜੇ ਜਿਹੜੇ ਗਰਾਊਂਡ ਦੇ ਉੱਤੇ ਅੱਖ ਰੱਖੀ, ਤੇ ਮਿੱਤਰਾਂ ਉਹ ਮੋਰ ਤੇ ਫਤਿਹ ਕੀਤੇ ਆ, ਵੀ ਲੋਕੀ ਕਹਿੰਦੇ ਤੇ ਕਰਾਈਏ ਅਸੀਂ ਅੱਤ ਬਈ, ਕੋਈ ਸਾਡੇ ਮੂਹਰੇ ਚੱਕਦਾ ਨੀ ਅੱਖ ਬਈ, ਮਿੱਟੀ ਵਿੱਚ ਰੋਲ ਦਿੰਦੇ ਆ, ਜਿਹੜੇ ਤੁਰਦੇ ਨੇ ਹਿੱਕਾ ਤਾਣ ਤਾਣ ਕੇ, ਆਹ ਪੋਤੜੇ ਫਰੋ ਦਿੰਦੇ ਆ, ਜਿਹੜੇ ਤੁਰਦੇ ਨੇ ਹਿੱਕਾ ਤਾਣ ਤਾਣ ਕੇ, ਬਈ ਪੋਤੜੇ ਫਰੋ ਦਿੰਦੇ ਆ, ਵਾਕਈ ਉਹ ਕਦੇ ਰਾਜਾ ਖੇਲਾ ਜਦੋਂ ਲਹਿਰਾ ਦੇ ਕਮਾਲ ਹੁੰਦੀ ਹੈ, ਪਰ ਰਾਜਪਾਲ ਲੋਕੀ ਉਂਗਲਾਂ ਕਰ ਕਰ ਗੱਲਾਂ ਕਰਦੇ ਵੀ ਨੰਬਰ ਕੋਈ ਰਾਜਪਾਲ ਨੇ ਨਹੀਂ ਜੋੜਿਆ, ਉਹ ਫਰਜ਼ਾਂ ਤਿਆਰੀ ਹੈ, ਨੰਬਰ ਜੋੜਨਾ ਪਊਗਾ, ਵੀ ਦੁਸ਼ਮਣ ਨਾਲ ਪੱਗਾਂ ਲਈਏ ਤੇ ਮੁੜ ਕੇ ਨਾ ਢਿੱਲੇ ਪਈਏ, ਨੱਕ ਵਿੱਚ ਦਮ ਕਰਕੇ ਰਹੀਏ, 11-3 ਕੰਪਿਊਟਰ ਨੀ ਸੁੱਖ 69 ਸੁੱਖ ਇੱਕ ਤਾਂ ਆਈ ਮੇਰਾ ਵੀਰ ਬਿੱਲਾ ਚੇਤੇ ਕਰਦਾ ਤੈਨੂੰ ਉਹਦੀ ਮੁੜਦੀ
ਇੱਕ ਮਿੰਟ ਆਇਆ ਮੇਰਾ ਵੀਰ ਬਣ ਕੇ ਕੋਈ ਜ਼ਰੂਰੀ ਗੱਲ 11-3 ਤਾਂ ਮੇਰੇ ਕੋਲ ਆ ਜਾ ਤੇ ਕੋਈ ਨਾ ਕੋਈ ਮੁੜ ਜੀ ਕੰਮ ਦਰਸ਼ਾਦ ਅਮਰਤ ਬਰਾੜ ਰੋਡੇ ਵਾਲਾ ਯੂਐਸਏ ਤੋਂ ਲਾਈ ਭਰਾ ਦਾਦੀ ਪਰ ਅਮਰਤ ਬਰਾੜ ਸਾਡਾ ਵੀਰ ਯੂਐਸਏ ਵਾਲਾ ਉਹ ਵੀ ਅੱਜ ਦੇ ਵੱਡੇ ਕੱਪ ਦੇ ਨਾਲ ਲਾਈ ਤੇ ਆਏ ਅਮਰਤ ਬਰਾੜ ਸਾਡਾ ਵੀਰ ਯੂਐਸਏ ਵਾਲਾ ਉਹ ਵੀ ਅੱਜ ਦੇ ਵੱਡੇ ਕੱਪ ਦੇ ਨਾਲ ਕਦੇ ਲਾਈਵ ਜੁੜਿਆ ਬੈਠਾ ਨੰਬਰ 11 ਹੋ ਗਏ ਦੂਲੇ ਪਾਸੇ 11-3 ਦੀ ਟੱਕਰ ਆਓ ਹੋ ਤੇ ਕਰੋ ਜਾਂ ਮਰੋ ਵਾਲੀ ਗੱਲ ਬਣ ਗਈ ਹੈ ਸਲੇਮ ਸ਼ਾਹ ਵਾਲਿਆ ਆਓ ਪਾਲਾ ਲਾ ਦੇ ਤੂੰ ਵੀ ਕਲੋਜ਼ ਫਾਈਟਰ ਖਲੋਣਾ ਆਪਣੇ ਆਪ ਨੂੰ ਪਰ ਜੇ ਪੱਤੀਆਂ ਦੌੜੇ ਆਓ ਪਾਲਾ ਲਾ ਕੇ ਦਿਖਾਵੇ ਤੈਨੂੰ ਤਾਂ ਮੰਨੀਏ ਇੱਧਰ 11-12 ਪਣਿਹਾਰੀ ਵਾਲਾ ਆ ਗਿਆ ਫੇਰ ਗੁਰੂ ਸਰ ਜੋਧਾ ਪਿੰਡ ਆ ਕਹਿੰਦੇ ਮੇਰੇ ਮਿੱਤਰੋ ਸੋਢੀ ਦਾ ਔਰ ਜਿਹੜੇ ਪਿੰਡ ਦੇ ਮਿੰਟੂ ਦੀ ਚਰਚਾ ਜਿਹੜੇ ਪਿੰਡ ਦਾ ਕਹਿੰਦੇ ਲਾਡੀ ਦੀ ਵਧੀਆ ਖਿਡਾਰੀ ਹੈ ਮੇਰੇ ਮਿੱਤਰੋ ਅੱਜ ਕਹਿੰਦੇ ਪਣਿਹਾਰੀ ਦੀ ਟੀਮ ਦੇ ਖੇਡਦਾ 12-11 ਇੱਧਰ 11 ਪਨਿਆਰੀ ਦੇ ਬਾਈ ਉੱਧਰ 3 ਪੁਆਇੰਟ ਘੱਟਣ ਵਾਲੀ ਦੇ ਓਏ ਵਾਹ ਮੁੰਡੇ ਸਰਾ ਹੀ ਹੋ ਗਿਆ ਯਾਰ ਅੱਜ ਤਾਂ ਕਬਰ ਬੱਚੇ ਐਂਡ ਹੋ ਗਿਆ ਜਮਾਂ ਐਂਡ 17 ਨੰਬਰਾਂ ਦਾ ਵੀਰੇ ਫਾਈਨਲ ਨੋਟ ਕਰਿਓ ਸਾਰੇ ਭਰਾ ਮੀ ਜਾਂਗੂ ਰਡਮਲ ਸਰ ਮਨੀਸ਼ ਬਾਈ ਥੈਂਕ ਯੂ ਕਰਿਓ ਸ਼ੇਅਰ ਕਰਿਓ ਮੇਰੇ ਵੀਰ ਸੋਹਣੇ ਬਹੁਤ ਧੰਨਵਾਦ ਐਂਡ ਬਾ ਚੇਂਜ ਆ ਜੀ 3-11 ਚੇਂਜ ਸਰਵਿਸ ਘੱਟਣ ਵਾਲੀ ਦੀ ਸਿੱਧੂ ਸਲੇਮ ਸ਼ਾਹ ਹੋਰਾਂ ਦੀ ਸਰਵਿਸ ਉੱਧਰੋਂ ਇੱਧਰ ਪਨਿਆਰੀ ਇੱਧਰ ਘੱਟਣ ਵਾਲੀ ਫਾਈਨਲ ਮੈਚ ਪਿੰਡ ਕਬਰ ਵੱਛਾ ਜ਼ਿਲ੍ਹਾ ਫਿਰੋਜ਼ਪੁਰ ਕੱਲ੍ਹ ਨੂੰ ਅੱਜ ਲੱਗਣੀਆਂ ਰੌਣਕਾਂ ਵਜੀਦਪੁਰ ਦੇ ਕੱਪ 'ਤੇ ਕਰਾਂਗੇ ਲਾਈਵ ਵਜੀਦਪੁਰ ਦਾ ਕੱਪ ਪਟਾਕੇ ਉੱਥੇ ਵੀ ਪੂਰੇ ਪੈਣੇ ਅੱਜ ਉਹ ਬੱਲੇ ਸਿੱਧੂ ਸਿਰਾ ਕਰਾਈ ਜਾਂਦੇ ਮੁੰਡੇ ਐਨ ਮਸਲੇ ਗੰਭੀਰ ਮੁੰਡਿਓ ਉਹ ਲਾੜ ਨਿਕਲੀ ਜਾਂਦੀ ਤਿੰਨ 11 ਚੌਥਾ ਨੰਬਰ ਜੋੜ ਦੀ ਜਦੋਂ ਜੈਦ ਚੱਲ ਰਹੀ ਹੈ ਉਧਰੋਂ ਇੱਧਰ 11 ਪੁਆਇੰਟ ਉੱਧਰ 3 4 11 4 11 4 11 ਲਾਵੀ ਸਿੱਧੂ ਦੀਆਂ 5 ਬਾਲਾਂ ਕਹਿੰਦੇ ਕ੍ਰੋਸ ਹੋ ਗਈਆਂ ਇੱਕ ਵਾਰੀ ਤਾਂ ਨਹੀਂ ਮਾਰਦੇ ਯਾਰ ਸਿੱਧੂ ਬਈ 5 ਬਾਲਾਂ ਵੀਰ ਨੇ ਕ੍ਰੋਸ ਕਰ ਦਿੱਤੀਆਂ ਨੇ ਨੰਬਰ ਵੀ ਵੱਧ ਗਿਆ ਲੱਗਦਾ ਮੈਨੂੰ ਸਰਦੀਪ 4-11 ਉਹ ਬੱਲੇ ਸਿੱਧੂ ਹਾਏ ਓਏ ਰੱਬਾ ਬਾਲ ਮੁੰਡਿਆ ਸਿਰਾ ਯਾਰ 11-4 ਚੇਂਜ 11-4 ਸਰਵਿਸ ਪਨਿਆਰੀ ਟੀਮ ਦੀ
ਸੈੱਟ ਟੇਢਾ ਬੜਾ ਖੜਦੇ ਆ ਨਾ ਸਾਰੇ ਸੈੱਟ ਨਾ, ਇੱਧਰ ਨੂੰ ਖੜਦੇ ਸਾਰੇ ਸੈੱਟ, ਇੱਧਰ ਟੇਢੇ ਹੋ ਕੇ ਖੜਦੇ ਹੈਗੇ, ਇੱਧਰਲੀ ਸਾਈਡ ਨਾ ਪੂਰੀ ਪਈ ਰਹਿੰਦੀ, ਇੱਧਰ ਰਾਜਪਾਲ ਵਾਲੀ ਸਾਈਡ ਸਾਰੇ ਸੈੱਟ ਹੀ ਟੇਢੇ ਖੜਦੇ, ਇੱਧਰ ਨੂੰ ਇੱਧਰਲੀ ਸਾਰ ਸਾਰੀਆਂ ਟੀਮਾਂ ਦੀ ਛੱਡੀ ਹੁੰਦੀ ਹੈ ਤਕਰੀਬਨ 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 ਬਾਲਾਂ ਵੱਜਦੀਆਂ ਇੱਧਰ ਇੱਧਰ ਘੱਟ ਮਾਰ ਇੱਧਰ ਦਾ ਖੱਪਾ ਮਾਰ ਲਿਆ ਬੱਲੇ ਸਹੀ ਗੱਲ ਇੱਧਰ ਬਾਲ ਘੱਟ ਵੱਜਦੀ ਨਾ 11-4 ਸਰਵਿਸ ਭਨਿਆਰੀ ਦੀ ਵੀਰੇ ਬਾਲ ਮੁੰਡਿਆ ਹਾਏ ਹੋਏ ਰੱਬਾ ਨੱਪੀ ਆਉਂਦਾ ਫਾਈਟਰ ਕੀ ਬਾਤ ਹੈ ਓ ਵਧਾਈਆਂ ਵਾਲਾ ਹਾਏ ਹੋਏ ਰੱਬਾ 12-4 ਨੰਬਰ 12ਵਾਂ ਜੋੜ ਗਏ ਭਨਿਆਰੀ ਵਾਲੇ ਵਾਹ ਜੀ ਵਾਹ ਕੀ ਮੈਚ ਹੈ ਕਰਿਓ ਕਰਿਓ ਸ਼ੇਅਰ ਕਰਿਓ ਮੇਰੇ ਵੀਰ ਸੋਹਣੇ ਖਿੱਚ ਕੇ ਤੇਰਾਂ ਚਾਰ 13-4 ਬਾਲ ਮਾਰੀ ਯਾਰ ਭਨੇਰੀ ਵਾਲੇ ਨੇ ਸਰਾ ਬਾਲ ਮਾਰੀ ਐਨ ਐਂਡ 13-4 ਭਰ ਕੇ ਮਾਰੀ ਬਾਲਾਂ ਪਟਾਕਾ ਪਿਆ ਪੂਰਾ ਐਂਡ ਕਰਾਇਆ 13-4 ਫਾਈਨਲ ਮੈਚ ਖੇਡਿਆ ਜਾ ਰਿਹਾ ਹੈ ਤੁਹਾਡੇ ਕਹਿੰਦੇ ਸੋਚਾਂ ਦੇ ਵਿਚਾਰਾਂ ਦੇ ਵਿੱਚ ਨਹੀਂ ਵੀ ਚੰਗੀਆਂ ਸੋਚ ਵਿਚਾਰਾਂ ਨਾਲ ਮਿਲਦੀਆਂ ਵਿੱਚ ਵਿਚਾਰਾਂ ਟਿੱਲੇ ਦੀ ਜੁੱਤੀ ਵਿੱਚ ਤਾਰਾ ਪਰ ਮੋਚੀ ਫੇਰ ਵੀ ਮੇਖਾਂ ਲਾਹੀ ਜਾਂਦੇ ਨੇ ਚੰਗੇ ਕੋਚ ਸਿਆਣੇ ਮਾਪੇ ਜਿਉਣ ਦਾ ਢੰਗ ਸਿਖਾਹੀ ਜਾਂਦੇ ਨੇ ਚੰਗੇ ਕੋਚ ਸਿਆਣੇ ਮਾਪੇ ਜਿਉਣ ਦਾ ਢੰਗ ਸਿਖਾਹੀ ਜਾਂਦੇ ਨੇ ਇਧਰਲੇ ਪਾਸੇ ਮੁੰਡਿਆਂ ਨੇ ਕਹਿੰਦੇ ਢੰਗ ਸਿੱਖਿਆ ਵੱਲ ਸਿੱਖਿਆ ਉਹ ਕਹਿੰਦੇ ਖੇਡ ਖੇਡੀਆਂ ਤੇ ਫੇਰ ਕਿਤੇ ਜਾ ਕੇ ਚਰਚਾ ਹੋਈ ਹੈ ਇੱਧਰ 13-14 ਕਰਨ ਦੇ ਲਈ ਮੁੰਡੇ ਤਿਆਰ ਵਰ ਤਿਆਰ ਨੇ ਔਰ ਸਾਹਮਣੇ ਭਨਿਹਾਰੀ ਵਾਲਾ ਕਹਿੰਦੇ ਪ੍ਰਿੰਸ ਜਰਸੀ ਵੀ 13 ਨੰਬਰ ਦੀ ਪਾਈ ਫਿਰਦਾ ਹੈ ਔਰ 13-14 ਹੋਣਗੀ ਜਾਂ ਨਹੀਂ ਹੈ ਇਹ ਤੇ ਕਹਿੰਦੇ ਰੱਬ ਨੇ ਫੈਸਲੇ ਕਰਦੇ ਹੈ 13-14 ਤੇ ਜਾਂ ਫਿਰ ਹੁੰਦੀ ਹੈ ਸਰਵ ਚੇਂਜ ਇਹ ਕਹਿੰਦੇ ਸਮੇਂ ਨੇ ਫੈਸਲੇ ਕਰਦੇ ਹੈ ਬੜਾ ਚੋਟੀ ਦਾ ਫਾਈਨਲ ਕਹਿੰਦੇ ਕੱਪਰ ਮਛੇ ਦੀ ਧਰਤੀ ਤੇ ਖੇਡਿਆ ਜਾ ਰਿਹਾ ਹੈ 14-4 10 ਪੁਆਇੰਟਾਂ ਦੀ ਵੱਡੀ ਲੀਡਰ ਟੀਮ ਭਨਿਆਰੀ ਕੋਲੇ ਦੂਜੀ ਸਾਈਡ ਘੱਟਿਆਂ ਵਾਲੀ 4 ਪੁਆਇੰਟ
ਫਾਈਨਲ ਮੈਚ ਵਾਹ ਮੁੰਡਿਆ ਵਾਹ ਪੀਸੀ ਸਿਰਾ ਡਿਫੈਂਸ ਯਾਰ ਸਿਰਾ ਫੌਜੀ ਡਿਫੈਂਸ ਯਾਰ ਓ ਬੱਲੇ ਸਿੱਧੂ ਤੇ ਫੌਜੀ ਫੌਜੀ ਤੇ ਸਿੱਧੂ ਕੀ ਬਾਤ ਆ ਓਏ ਬਾਲ ਭਨੇਰੀ ਵਾਲਿਆ ਰਜੇਸ਼ ਬਾਈ ਕੁਕੜੀਆ ਰਜੇਸ਼ ਥੈਂਕ ਯੂ ਗੁਰਦੇਵ ਵਰਕ ਬਾਈ 14-4 ਇੱਧਰ 14 ਭਨੇਰੀ ਦੇ 4 ਪੁਆਇੰਟ ਘੱਟਿਆਂ ਵਾਲੀ ਗੁਰਦੇਵ ਵਰਕ ਬਾਈ ਪੰਦਰਾਂ 4 2 ਪੁਆਇੰਟ ਬਾਕੀ ਮੈਚ ਦੇ 2 ਪੁਆਇੰਟ ਬਾਕੀ 15-4 16-4 ਲਾਸਟ ਪੁਆਇੰਟ ਆ ਜੀ ਟੀਮ ਭਨਿਆਰੀ ਜਿਵੇਂ ਗਰਲਾਲ ਨੇ ਕਿਹਾ ਲਿਖੀਆਂ ਹੋਈਆਂ ਸੀ ਔਰ ਉਹਨਾਂ ਟੀਮਾਂ ਦੇ ਵਿੱਚੋਂ ਟੀਮਾਂ ਨੇ ਜਿਹੜੀ ਫਾਈਨਲ ਦੇ ਵਿੱਚ ਦਾਅਵੇਦਾਰੀ ਪੇਸ਼ ਕੀਤੀ ਹੈ ਔਰ ਦੇਖਾਂਗੇ ਹੁਣ ਕੌਣ ਜੋੜਦਾ ਪੁਆਇੰਟ ਆਪਣੀ ਟੀਮ ਦੇ ਲਈ ਹੈ ਟੀਮਾਂ ਨੂੰ ਇਹ ਸੀਗਾ ਜੀ ਗੱਬਰ ਮੱਛੇ ਦਾ ਕੱਪ ਹੋ ਗਿਆ ਸਿਰਾ ਹੋ ਗਿਆ ਜਮਾਂ ਟੌਪ ਨੋਜ ਟੂਰਨਾਮੈਂਟ ਬ੍ਰੈਂਡ ਕੱਪ ਖੇਡਿਆ ਗਿਆ ਫਾਈਟਰ ਵੀ ਬਹੁਤ ਤਕੜਾ ਖੇਡਿਆ ਉਧਰੋਂ ਟੀਮ ਭਨਿਆਰੀ ਵੀ ਬਹੁਤ ਤਕੜਾ ਖੇਡੀ ਘੱਟਿਆਂ ਵਾਲੀ ਟੀਮ ਵੀ ਐਂਡ ਵਾਹ ਜੀ ਵਾਹ ਕਿਆ ਬਾਤਾਂ ਕਿਆ ਬਾਤਾਂ ਸਿਰਾ ਹੀ ਹੋ ਗਿਆ ਵੇਟ ਕਰਿਓ ਜੀ ਪ੍ਰਾਈਜ਼ ਡਿਸਟ੍ਰੀਬਿਊਸ਼ਨ ਪ੍ਰਾਈਜ਼ ਵੰਡ ਸਮਾਰੋਹ ਹੋਣਾ ਜੀ ਡਿਸਟ੍ਰੀਬਿਊਸ਼ਨ ਮੰਮੂ ਬਹੁਤ ਤੜਾ ਖੇਡੇ ਯਾਰ ਚਲੋ ਜਿੱਤਾਂ ਨਾ ਬਣੀਆਂ ਸਿਰਾ ਚਲ ਕੋਈ ਨਹੀਂ ਸਿੱਧੂ ਓਏ ਉਸ ਨਾਲ ਯਾਰ ਮੈਂ ਬੰਦਾ ਕੱਢ ਲਿਆ ਮੈਂ ਯਾਰ ਆਹ ਚੱਲ
ਕਰੋ।